ਸਤਿ ਸ਼੍ਰੀ ਅਕਾਲ ਜੀ। ਤੋਂ ਮੈਂ ਤੁਹਾਡੀ ਹੋਸਟ ਤੇ ਤੁਹਾਡੀ ਦੋਸਤ ਮੰਜੂ ਵਾਲਿਆ ਤੁਹਾਡੇ ਆਪਣੇ ਸ਼ੋ ਟਾਕ ਟਾਈਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਸਾਰਿਆਂ ਨੂੰ। ਹੁਣੇ 2 ਦਿਨ ਪਹਿਲਾਂ ਵਿਸਾਖੀ ਨਿਕਲ ਕੇ ਗਈ ਹੈ। ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀ ਬਹੁਤ ਬਹੁਤ ਵਧਾਈ ਹੋਵੇ। ਉਸ ਦੇ ਨਾਲ ਹੀ ਉਸਦਾ ਉਹ ਦਿਨ ਬੜਾ ਹੀ ਚੰਗਾ ਸੀ, ਕਿਉਂਕਿ ਉਸ ਦਿਨ ਕਿਤੇ ਪੋਂਗਲ ਮਨਾਇਆ ਜਾ ਰਿਹਾ ਸੀ, ਕਿਤੇ ਗੁੜੀ ਪਰਵਾ ਮਨਾਇਆ ਜਾ ਰਿਹਾ ਸੀ। ਉਸੇ ਦਿਨ ਹੀ ਨਵਰਾਤਰੇ ਸ਼ੁਰੂ ਹੋਏ ਅਤੇ ਉਸੇ ਦਿਨ ਹੀ ਰਮਜ਼ਾਨ ਵੀ ਸ਼ੁਰੂ ਹੋਏ ਅਤੇ ਬਹੁਤ ਹੀ ਭਾਗਾਂ ਭਰਿਆ ਦਿਨ ਸੀਗਾ। ਅਤੇ ਹੋਪ ਕਰਦੇ ਹਾਂ ਕਿ ਸਾਰਿਆਂ ਨੇ ਬਹੁਤ ਹੀ ਪਿਆਰ ਨਾਲ ਮਨਾਇਆ। ਪਿਛਲੇ ਸਾਲ ਵਰਗਾ ਤਾਂ ਨਹੀਂ ਹੋਣਾ, ਕਿਉਂਕਿ ਕਰੋਨਾ ਦੀ ਵਜ੍ਹਾ ਦੇ ਨਾਲ ਸਾਰੇ ਘਰਾਂ ਦੇ ਵਿੱਚ ਨੇ ਅਤੇ ਸੋਸ਼ਲ ਡਿਸਟੈਂਸ ਤਾਂ ਹੈਗੇ ਨੇ। ਪਰ ਚਲੋ, ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਅਸੀਂ ਸਾਰੇ ਜਣੇ ਕਿ ਅਗਲਾ ਸਾਲ ਵਿਸਾਖੀ ਅਸੀਂ ਬੜੀ ਧੂਮਧਾਮ ਨਾਲ ਜਿਵੇਂ ਆਪਾਂ ਮਨਾਉਂਦੇ ਹਾਂ ਉਵੇਂ ਮਨਾਈਏ। ਅੱਜ ਜਿਹੜੀ ਸ਼ਖਸੀਅਤ ਨਾਲ ਮੈਂ ਤੁਹਾਨੂੰ ਮਿਲਾਉਣ ਜਾ ਰਹੀ ਹਾਂ, ਉਹ ਅਰਜੁਨਾ ਦੇ ਬਾਸ਼ਿੰਦੇ ਨੇ। ਅਤੇ ਲੜਕੀਆਂ ਦੇ ਬਾਰੇ ਕਿਹਾ ਜਾਂਦਾ ਕਿ ਪਹਿਲਾਂ ਲੜਕੀਆਂ ਕੰਮ ਹੀ ਕਰਦੀਆਂ ਸੀਗੀਆਂ, ਘਰ 'ਚ ਹੀ ਰਹਿੰਦੀਆਂ ਸੀਗੀਆਂ, ਪਰ ਅੱਜ ਉਹ ਆਪਣੇ ਪਤੀ ਦੇ ਨਾਲ ਮੋਢੇ ਦੇ ਨਾਲ ਮੋਢਾ ਮਿਲਾ ਕੇ ਕੰਮ ਕਰਦੀਆਂ ਅਤੇ ਉਹਨਾਂ ਦੇ ਕਾਮਯਾਬੀ ਉਹਨਾਂ ਦੇ ਨਾਲ ਹੈ ਅਤੇ ਉਹਨਾਂ ਦੀ ਕਾਮਯਾਬੀ ਉਹਨਾਂ ਦੇ, ਦੋਨੋਂ ਇੱਕ ਦੂਸਰੇ ਦੇ ਨਾਲ ਨੇ, ਉਹ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਦੇ ਨੇ। ਤੁਹਾਨੂੰ ਐਸੀ ਇੱਕ ਸ਼ਖਸੀਅਤ ਨਾਲ ਮਿਲਾਉਣਾ ਜਾ ਰਹੀ ਹਾਂ ਅਤੇ ਆਓ ਜ਼ਿਆਦਾ ਦੇਰ ਨਾ ਕਰਦੇ ਹੋਏ ਮਿਲਾਈਏ ਤੁਹਾਨੂੰ ਦੀਪਕਾ ਭੱਲਾ ਜੀ ਨਾਲ। ਨਮਸਕਾਰ ਦੀਪਕਾ ਜੀ, ਤੁਹਾਡਾ ਜਸ ਪੰਜਾਬੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈਗਾ। ਸਤਿ ਸ਼੍ਰੀ ਅਕਾਲ ਮੰਜੂ ਜੀ, ਸਭ ਤੋਂ ਪਹਿਲਾਂ ਵਿਸਾਖੀ ਦੀ ਬਹੁਤ ਬਹੁਤ ਮੁਬਾਰਕਾਂ ਸਾਰੇ ਦਰਸ਼ਕਾਂ ਨੂੰ ਜਸ ਪੰਜਾਬੀ ਦੇ। ਵਿਸਾਖੀ ਦੀ, ਪੋਂਗਲ ਦੀਆਂ, ਨਵਰਾਤਰੀ ਦੀਆਂ, ਸਭ ਦੀਆਂ ਬਹੁਤ ਬਹੁਤ ਵਧਾਈਆਂ। ਐਂਡ ਮੈਂ ਬੜੀ ਬੜੀ ਸ਼ੁਕਰਗੁਜ਼ਾਰ ਹਾਂ ਜਸ ਪੰਜਾਬੀ ਦਾ, ਇੰਨਾ ਸੋਹਣਾ ਚੈਨਲ ਤੁਸੀਂ ਬਣਾਇਆ ਹੈਗਾ ਅਤੇ ਸਾਰੇ ਦਰਸ਼ਕਾਂ ਨੂੰ ਮੇਰੀ ਬੜੀ ਬੜੀ ਸ਼ੁਭਕਾਮਨਾਵਾਂ। ਸ਼ੁਕਰੀਆ ਦੀਪਕਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਤੁਹਾਨੂੰ ਦੀਪਕਾ ਜੀ, ਆਪਾਂ ਗੱਲ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਬਾਰੇ ਪੁੱਛਦੇ ਹਾਂ ਕਿ ਤੁਸੀਂ ਕਿੱਥੇ ਦੇ ਹੋ, ਕਿੱਥੇ ਦੇ ਜੰਮਪਲ ਹੋ, ਅਤੇ ਆਪਣੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਛ ਦੱਸੋ। ਮੇਰਾ ਜਨਮ ਮੰਜੂ ਜੀ ਹੋਇਆ ਸੀਗਾ ਪਟਿਆਲੇ 'ਚ। ਹੁਣ ਪਟਿਆਲਾ ਤਾਂ ਸਾਰੇ ਪੰਜਾਬੀਆਂ ਦੀ ਸ਼ਾਨ ਹੈਗੀ ਹੈ ਜੀ ਜੀ। ਮੈਂ ਉੱਥੇ ਹੀ ਪੱਲੀ ਬੜੀ ਹੋਈ, ਵੱਡੀ ਹੋਈ, ਐਂਡ ਬੜਾ ਸਾਰਾ ਸਕੂਲਿੰਗ ਵਗੈਰਾ ਸਾਰੀ ਮੇਰੀ ਪਟਿਆਲੇ ਦੀ ਸੀ। ਹੁਣ ਪਟਿਆਲਾ ਤਾਂ ਨੋਨ ਹੈਗਾ, ਯੂਨੋ, ਪੰਜਾਬੀ ਜੁੱਤੀਆਂ ਦਾ, ਸਾਰੇ ਯੂਨੋ ਪਟਿਆਲਾ ਸਲਵਾਰਾਂ ਦਾ, ਸਭ ਕੁਛ। ਸੋ ਪੰਜਾਬੀਆਂ ਨੂੰ ਤਾਂ ਪਤਾ ਹੈਗਾ ਕਿੱਥੇ ਪਟਿਆਲਾ ਹੈਗਾ ਤੇ ਕੀ ਰੋਇਲ ਟਾਊਨ ਪਟਿਆਲਾ ਹੈਗਾ। ਜਿਹੜੀ ਸਕੂਲਿੰਗ ਸੀਗੀ ਨਾ, ਉੱਥੇ ਦੇ ਰਾਜਾ ਜੀ ਜਿਹੜੇ ਯਾਦਵਿੰਦਰ ਸਿੰਘ ਜੀ ਹੈ, ਉਹਨਾਂ ਨੇ ਸਕੂਲ ਖੋਲਿਆ YPS, ਯਾਦਵਿੰਦਰਾ ਪਬਲਿਕ ਸਕੂਲ। ਮੇਰੀ ਸਕੂਲਿੰਗ ਉੱਥੇ ਦੀ ਹੈਗੀ ਹੈ ਤਾਂ ਮੈਂ 10th ਉੱਥੇ ਕੀਤੀ। ਉਸ ਤੋਂ ਬਾਅਦ ਮੈਂ ਮਹਿੰਦਰਾ ਕਾਲਜ ਪਟਿਆਲੇ ਵਿੱਚ ਪੜ੍ਹੀ ਅਤੇ ਫਿਰ ਮੈਂ ਮੈਡੀਕਲ ਕਾਲਜ ਗਈ ਸੀ ਉੱਥੇ, ਗੌਰਮੈਂਟ ਮੈਡੀਕਲ ਕਾਲਜ ਪਟਿਆਲਾ। ਤੇ ਤੁਸੀਂ ਪਟਿਆਲਾ ਤੋਂ ਇੱਥੇ ਦਾ ਸਫ਼ਰ ਕਿਵੇਂ ਕੀਤਾ, USA ਦਾ ਸਫ਼ਰ? ਜਿਹੜੇ ਕਹਿੰਦੇ ਆ ਨਾ ਕਿ ਸਭ ਕੁਛ ਲਿਖਿਆ ਹੁੰਦਾ, ਤੁਸੀਂ ਕਦੀ ਨਹੀਂ ਸਕਦੇ ਹੋ। ਹੁਣ ਮੈਂ ਤਾਂ, ਮੇਰੀ ਤਾਂ ਲਾਈਫ, ਮੇਰੇ ਜਿਹੜੇ ਪੇਰੈਂਟਸ ਹੈਗੇ, ਮੈਂ ਉਹਨਾਂ ਦੀ ਇਕੱਲੀ ਇਕੱਲੀ ਡੌਟਰ ਸੀਗੀ ਤੇ ਅਸੀਂ ਕਦੇ ਸੋਚ ਹੀ ਨਹੀਂ ਸਕਦੇ ਸੀਗੇ ਕਿ ਅਸੀਂ ਬਾਹਰ ਆਵਾਂਗੇ ਜਾਂ ਅਮੈਰੀਕਾ ਦਾ ਹੋਏਗਾ। ਪਰ ਜੋ ਡੈਸਟਨੀ ਲਿਖੀ ਹੈਗੀ ਆ ਉਹਨੂੰ ਕੋਈ ਚੇਂਜ ਨਹੀਂ ਕਰ ਸਕਦਾ। ਸਾਰਾ ਕੁਛ ਉੱਤੋਂ ਲਿਖ ਕੇ ਆਇਆ ਹੈਗਾ। ਤਾਂ ਮੈਂ ਪਟਿਆਲੇ ਤੋਂ ਇੱਥੇ ਆਈ USA ਵਿੱਚ ਮੇਰੀ ਮੈਰਿਜ ਤੋਂ ਬਾਅਦ ਜੀ। ਸਾਡੀ ਅਰੇਂਜ ਮੈਰਿਜ ਸੀਗੀ ਤੇ ਮੈਂ ਪਹੁੰਚੀ ਆ 1986 ਵਿੱਚ, ਸਾਡਾ ਸ਼ਾਦੀ ਹੋਈ ਤੇ 1988 ਚ ਮੈਂ ਇੱਥੇ ਆਈ। ਤੇ ਦੀਪਕਾ ਜੀ, ਪਟਿਆਲੇ ਤੋਂ ਚੱਲ ਕੇ ਅਮਰੀਕਾ ਦਾ ਸਫ਼ਰ, ਕੁਛ ਖੱਟੀਆਂ ਕੁਛ ਮਿੱਠੀਆਂ ਜ਼ਰੂਰ ਨਿਕਲੀਆਂ ਹੋਣੀਆਂ, ਬੀਤੀਆਂ ਹੋਣੀਆਂ, ਹੈ ਨਾ ਜੀ, ਕੁਛ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ? ਬੜਾ ਸੋਹਣਾ ਸਫ਼ਰ ਸੀਗਾ। ਤੁਸੀਂ ਇਸ ਤਰ੍ਹਾਂ ਸੋਚੋ ਕਿ ਕੁਛ ਪਤਾ ਨਹੀਂ ਸੀ, ਬਸ ਤੁਰ ਪਏ ਸੀਗੇ ਉੱਥੋਂ ਪਟਿਆਲੇ ਤੋਂ। ਇੱਥੇ ਮੈਂ ਪਹੁੰਚੀ 86 ਵਿੱਚ ਤੇ ਮੈਂ ਸੀਗੀ, ਅਸੀਂ ਵੈਸਟ ਵਰਜੀਨੀਆ ਆਏ। ਡਾਕਟਰ ਸਾਹਿਬ, ਮੇਰੇ ਹਸਬੈਂਡ ਡਾਕਟਰ ਹੈਗੇ ਹੈ ਤੇ ਉਹ
ਉੱਥੇ ਰੈਜ਼ੀਡੈਂਸੀ ਕਰ ਰਹੇ ਸੀਗੇ। ਹਾਂਜੀ ਉਸ ਤੋਂ ਬਾਅਦ ਅਸੀਂ ਪਹੁੰਚੇ ਪਿਓਰੀਆ ਇਲਨੋਇ, ਉੱਥੇ ਡਾਕਟਰ ਸਾਹਿਬ ਨੂੰ ਜੋਬ ਮਿਲ ਗਈ ਸੀਗੀ। ਪਰ ਫੀਨਿਕਸ ਦਾ ਤਾਂ ਮੈਨੂੰ ਬਿਲਕੁਲ ਪਤਾ ਨਹੀਂ ਸੀਗਾ ਕਿੱਥੇ ਹੈ ਕੀ ਹੈ। ਸਾਡੇ ਇੱਕ ਫਰੈਂਡਸ ਹੈ ਉਹ ਮੂਵ ਕਰ ਰਹੇ ਸੀ ਫੀਨਿਕਸ, ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਫੀਨਿਕਸ ਆ ਜਾਓ ਸਾਡੇ ਕੋਲ। ਪਤਾ ਨਹੀਂ ਸੀਗਾ, ਫਲਾਈਟ ਲਈ ਪਹੁੰਚੇ ਇੱਥੇ, ਇੱਥੇ ਦੇਖ ਕੇ, ਇੱਥੇ ਮੌਸਮ ਨੂੰ ਦੇਖ ਕੇ ਕਿਹਾ ਇੱਥੇ ਹੀ ਰਹਿਣਾ ਹੈ। ਫਿਰ ਅਸੀਂ ਇੱਥੇ ਮੂਵ ਕੀਤੇ ਸੀ 1994 ਵਿੱਚ ਆਏ ਸੀਗੇ। ਪਰ ਬੜਾ ਹੀ ਦੋ ਛੋਟੇ ਛੋਟੇ ਬੱਚੇ ਸੀਗੇ, ਉਹਨਾਂ ਨੂੰ ਲੈ ਕੇ ਆ ਗਏ ਸੀ। ਜਰਨੀ ਦਾ ਪਤਾ ਨਹੀਂ ਸੀ ਕਿੱਥੇ ਐਂਡ ਹੋਣੀ ਹੈ, ਬਟ ਬਹੁਤ ਸੋਹਣੀ ਜਰਨੀ ਰਹੀ। ਹਾਂਜੀ, ਤੁਸੀਂ ਮਿਸ਼ੀਗਨ ਤੋਂ ਇੱਥੇ ਆਏ ਸੀਗੇ, ਪਰ ਆਪਾਂ ਗੱਲ ਕਰਦੇ ਹਾਂ ਦੀਪਕਾ ਜੀ ਦੇ ਨਾਲ, ਤੇ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ, ਔਰ ਬ੍ਰੇਕ ਤੋਂ ਬਾਅਦ ਤੁਹਾਨੂੰ ਮਿਲਦੇ ਹੈਗੇ ਆ ਦੁਬਾਰਾ ਤੋਂ। ਬ੍ਰੇਕ ਤੋਂ ਬਾਅਦ ਫਿਰ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ, ਅਸੀਂ ਜੁੜੇ ਹੋਏ ਹਾਂ ਅਰਜ਼ੋਨਾ ਤੋਂ ਦੀਪਕਾ ਪੱਲਾ ਜੀ ਨਾਲ। ਦੀਪਕਾ ਜੀ, ਅਸੀਂ ਗੱਲ ਕਰ ਰਹੇ ਸੀ ਤੁਹਾਡੇ ਨਾਲ ਕਿ ਤੁਹਾਡਾ, ਤੁਸੀਂ ਮਿਸ਼ੀਗਨ ਤੋਂ ਤੁਹਾਡਾ ਫੀਨਿਕਸ ਦਾ ਸਫ਼ਰ ਕਿੱਦਾਂ ਰਿਹਾ? ਅਸੀਂ ਮਿਸ਼ੀਗਨ ਤੋਂ ਨਹੀਂ ਮੰਜੂ ਜੀ, ਅਸੀਂ ਆਏ ਸੀ ਇਲਨੋਇ ਤੋਂ, ਇਲਨੋਇ ਵਿੱਚ। ਅਸੀਂ ਜਦੋਂ ਇੱਥੇ ਪਹੁੰਚੇ ਹੈਗੇ, ਡਾਕਟਰ ਸਾਹਿਬ ਦੀ ਆਪਣੀ ਜੋਬ ਸੀਗੀ, ਪਰ ਫਿਰ 2 ਸਾਲਾਂ ਬਾਅਦ ਅਸੀਂ ਰਿਅਲਾਈਜ਼ ਕੀਤਾ ਕਿ ਅਸੀਂ ਆਪਣੀ ਪ੍ਰੈਕਟਿਸ ਖੋਲ੍ਹਦੇ ਹਾਂ ਜੀ। ਤੋ ਅਸੀਂ ਫਿਰ ਮੈਂ ਇਹੀ ਸੋਚਿਆ ਕਿ ਮੈਂ ਡਾਕਟਰ ਸਾਹਿਬ ਦੀ, ਜਿਸਮੇ ਤੁਸੀਂ ਕਿਹਾ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਾ ਹੈਗਾ, ਤੇ ਇਹੀ ਸਾਡੀ ਸ਼ਿਕਸ਼ਾ ਹੈ, ਇਹੀ ਸਾਡੀ ਸੰਸਕ੍ਰਿਤੀ ਹੈਗੀ ਹੈ। ਹਾਂਜੀ, ਸੋ ਮੈਂ ਸੋਚਿਆ ਮੈਂ ਡਾਕਟਰ ਸਾਹਿਬ ਦੀ ਹੈਲਪ ਕਰਾਂਗੀ ਉਹਨਾਂ ਦੇ ਆਫਿਸ ਵਿੱਚ। ਤਾਂ ਮੈਂ ਉਹਨਾਂ ਦੇ ਫਰੰਟ ਆਫਿਸ ਵਿੱਚ ਕੰਮ ਕਰਦੀ ਸੀਗੀ ਉਸ ਟਾਈਮ। ਥੋੜੇ ਹਾਲਾਤ ਇਹੋ ਜਿਹੇ ਸੀ, ਸਟਾਰਟ ਕਰ ਰਹੇ ਸੀ ਪ੍ਰੈਕਟਿਸ, ਤਾਂ ਜ਼ਿਆਦਾ ਇੰਪਲੋਈ ਵਗੈਰਾ ਰੱਖਣੇ ਮੁਸ਼ਕਿਲ ਸੀਗੇ। ਤਾਂ ਮੈਂ ਫਿਰ ਡਾਕਟਰ ਸਾਹਿਬ ਨਾਲ ਕੰਮ ਕਰਨਾ ਸ਼ੁਰੂ ਕਰਤਾ ਉਹਨਾਂ ਦੇ ਆਫਿਸ ਵਿੱਚ। ਸੋ ਬੇਸਿਕਲੀ ਸਾਰਾ ਕੁਛ ਸੰਭਾਲਦੇ ਸੀ, ਬਿਲਿੰਗ ਵਗੈਰਾ ਸਭ ਕੁਛ ਕਰਦੇ ਸੀਗੇ। ਐਂਡ ਬਹੁਤ ਮੇਹਰ ਹੈਗੀ ਹੈ ਕਿ ਬੜੀ ਅੱਛੀ ਪ੍ਰੈਕਟਿਸ ਡਾਕਟਰ ਸਾਹਿਬ ਦੀ ਸ਼ੁਰੂ ਹੋ ਗਈ। ਤੇ ਅਸੀਂ ਤਕਰੀਬਨ, ਮੈਂ ਉੱਥੇ 2006 ਤੱਕ ਡਾਕਟਰ ਸਾਹਿਬ ਨਾਲ ਕੰਮ ਕਰਦੀ ਰਹੀ ਸਾਡੀ ਪ੍ਰੈਕਟਿਸ ਵਿੱਚ। ਜੀ 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 ਤੇ ਦੀਪਕਾ ਜੀ, ਤੁਸੀਂ ਘਰ ਵੀ ਸੰਭਾਲਦੇ ਸੀ ਤੇ ਪ੍ਰੈਕਟਿਸ ਵੀ ਕਰਦੇ ਸੀਗੇ, ਆਪਣਾ ਪ੍ਰੈਕਟਿਸ ਦੇ ਵਿੱਚ ਹੈਲਪ ਵੀ ਕਰਦੇ ਸੀਗੇ, ਤੇ ਕਿਸ ਤਰ੍ਹਾਂ ਮੈਨੇਜ ਕੀਤਾ, ਕਿੱਦਾਂ ਤੁਹਾਨੂੰ ਲੱਗਿਆ ਕਿ ਵੀ ਐਜ਼ ਏ ਵੂਮਨ, ਕਿ ਪਹਿਲਾਂ ਇੰਡੀਆ ਦੇ ਵਿੱਚ ਕੀ ਹੁੰਦਾ ਕਿ ਘਰ ਹੀ ਲੇਡੀਜ਼ ਰਹਿੰਦੀਆਂ, ਤੇ ਇੱਥੇ ਤੁਸੀਂ ਬਿਲਕੁਲ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੇ ਰਹੇ, ਤੇ ਕਿੱਦਾਂ ਦਾ ਐਕਸਪੀਰੀਅੰਸ ਰਿਹਾ? ਬੱਚੇ ਵੀ ਤੁਹਾਡੇ ਹੈਗੇ, ਰਾਈਟ? ਮੇਰੇ 2 ਬੱਚੇ ਹੈਗੇ ਹੈ, ਇੱਕ ਬੇਟਾ ਇੱਕ ਬੇਟੀ। ਐਕਸਪੀਰੀਅੰਸ ਮਤਲਬ ਮੁਸ਼ਕਲ ਤਾਂ ਆਉਂਦੀ ਹੈਗੀ, ਪਰ ਉਹੀ ਹੈ ਕਿ ਸਾਨੂੰ ਇਹੀ ਸਿਖਾਇਆ ਗਿਆ ਹੈਗਾ ਕਿ ਸਭ ਘਰ ਵੀ ਸੰਭਾਲਣਾ ਹੈ ਤੇ ਅੱਗੇ ਆਪਣਾ ਕੰਮ ਵੀ ਕਰਨਾ ਹੈਗਾ। ਮੇਰੀ ਸ਼ਖਸੀਅਤ ਸ਼ੁਰੂ ਤੋਂ ਹੀ ਇਹੋ ਜਿਹੀ ਸੀਗੀ ਕਿ ਮੈਂ ਚਾਹੁੰਦੀ ਸੀ ਕਿ ਮੈਂ ਆਪਣੇ ਹਸਬੈਂਡ ਨੂੰ ਬਹੁਤ ਹੈਲਪ ਕਰਾਂ, ਤੇ ਨਾਲੇ ਬੱਚਿਆਂ ਦਾ ਵੀ ਇਹ ਸੀਗਾ। ਬਿਕੋਜ਼ ਸਾਡੀ ਫੈਮਿਲੀ ਬੜੀ ਛੋਟੀ ਜਿਹੀ ਫੈਮਿਲੀ ਹੈ, ਮੇਰੇ ਆਪਣੇ ਬ੍ਰਦਰ ਸਿਸਟਰ ਕੋਈ ਨਹੀਂ ਹੈਗਾ। ਅੱਛਾ, ਬੱਚਿਆਂ ਨੂੰ ਮੈਂ ਨਹੀਂ ਚਾਹੁੰਦੀ ਸੀਗੀ ਕਿ ਬੱਚੇ ਇਸ ਚੀਜ਼ ਤੋਂ ਰਹਿਣ ਕੇ ਉਹਨਾਂ ਨੂੰ ਕੋਈ ਪ੍ਰੋਬਲਮ ਆਏ। ਤਾਂ ਮੈਂ ਬੈਲੈਂਸ ਟਾਈਮ ਦਾ ਕਰਨਾ ਹੀ ਸੀਗਾ। ਸੋ ਸਵੇਰੇ ਬੱਚਿਆਂ ਨੂੰ ਸਕੂਲ ਛੱਡਣਾ, ਫਿਰ ਉਸ ਤੋਂ ਬਾਅਦ ਆਫਿਸ ਜਾਣਾ, ਫਿਰ ਆ ਕੇ ਬੱਚਿਆਂ ਨੂੰ ਪਿੱਕ ਕਰਕੇ, ਫਿਰ ਉਸ ਤੋਂ ਬਾਅਦ ਘਰ ਦਾ ਵੀ ਕਰਨਾ ਤੇ ਆਫਿਸ ਦਾ ਵੀ ਕਰਨਾ। ਪਰ ਮੇਰੇ ਹਸਬੈਂਡ ਬੜੇ ਹੈਲਪਫੁਲ ਸੀਗੇ, ਤੇ ਇਕੱਠੇ ਹੀ ਅਸੀਂ ਮਿਲ ਕੇ ਸਾਰਾ ਕੁਛ ਹੋ ਗਿਆ। ਤਾਂ ਮੁਸ਼ਕਲ ਤਾਂ ਨਹੀਂ ਆਈ, ਮਤਲਬ ਮੈਂ ਐਵੇਂ ਕਵਾਂ ਕਿ ਇਹ ਆਸਾਨ ਸੀਗਾ, ਬਟ ਕਰ ਲਿਆ, ਹੋ ਗਿਆ। ਕਹਿੰਦੇ ਨੇ ਕਿ ਬਈ ਨਾ, ਚੰਗਾ ਕੀਤਾ ਰੱਬਾ ਤੂੰ ਇੰਨੀਆਂ ਮੁਸੀਬਤਾਂ ਵਿੱਚ ਪਾਇਆ, ਤੇ ਮੇਰਾ ਸਾਰਾ ਵਹਿਮ ਨਿਕਲ ਗਿਆ ਕਿ ਮੇਰਾ ਆਪਣਾ ਕੌਣ ਹੈਗਾ। ਉਹਦੇ ਵਿੱਚ ਬੰਦੇ ਨੂੰ ਬੰਦੇ ਦਾ ਪਤਾ ਚੱਲਦਾ ਕਈ ਗੱਲਾਂ। ਕਹਿੰਦੇ ਸਿਆਣਿਆਂ ਦੀਆਂ ਅੱਖੀਆਂ ਬੜੀਆਂ ਯਾਦ ਆਉਂਦੀਆਂ ਨੇ, ਤੇ ਔਰ ਬੜੀਆਂ ਹੀ ਉਹ ਮਤਲਬ ਵਾਲੀਆਂ ਹੁੰਦੀਆਂ ਨੇ, ਬੜੀਆਂ ਹੀ। ਤੇ ਦੀਪਕਾ ਜੀ, ਤੁਸੀਂ ਫਿਰ ਉਸ ਤੋਂ ਬਾਅਦ ਬਿਜ਼ਨਸ ਸ਼ੁਰੂ ਕੀਤਾ, ਡਾਕਟਰ ਸਾਹਿਬ ਦਾ ਆਫਿਸ ਛੱਡ ਦਿੱਤਾ, ਔਰ ਉਸ ਤੋਂ ਬਾਅਦ ਤੁਸੀਂ ਬਿਜ਼ਨਸ ਸ਼ੁਰੂ ਕੀਤਾ। ਤੁਸੀਂ ਐਜ਼ ਏ ਇੰਟਰਪ੍ਰੀਨਰ ਇੱਥੇ ਕੰਮ ਕਰਦੇ ਹੋ, ਤੁਹਾਡੇ ਆਪਣਾ ਬਿਜ਼ਨਸ ਹੈ, ਆਪਣਾ ਹਾਲ ਹੈਗਾ, ਬੈਂਕੁਟ ਹਾਲ ਹੈ ਜਿਹਨੂੰ ਤੁਸੀਂ ਰਨ ਕਰਦੇ ਹੋ, ਤੇ ਇਹ ਤੁਹਾਡੇ ਦਿਮਾਗ 'ਚ ਕਿੱਦਾਂ ਆਇਆ ਕਿ ਤੁਸੀਂ ਆਪਣਾ ਮੈਡੀਕਲ ਫੀਲਡ ਛੱਡ ਕੇ, ਜਿਹੜਾ ਕਿ ਉਹ ਵੀ ਤੁਹਾਡਾ ਹੀ ਬਿਜ਼ਨਸ ਸੀਗਾ, ਤੇ ਉਹਨੂੰ ਛੱਡ ਕੇ ਤੁਸੀਂ ਇਸ ਬਿਜ਼ਨਸ ਦੇ ਵਿੱਚ ਕਿਵੇਂ ਆ ਗਏ? ਮੰਜੂ ਜੀ, ਸ਼ੁਰੂ ਤੋਂ ਇੱਕ
ਪੈਸ਼ਨ ਸੀਗਾ, ਇੱਕ ਇੰਟਰਸਟ ਸੀਗਾ ਐਂਟਰਟੇਨਮੈਂਟ ਬਿਜ਼ਨਸ ਵਿੱਚ, ਯੂ ਨੋ। ਤਾਂ ਇੱਕ ਵਾਰੀ ਮੈਂ ਸ਼ਿਕਾਗੋ ਗਈ, ਉੱਥੇ ਮੈਂ ਇੱਕ ਹਾਲ ਦੇਖਿਆ ਜਿਹੜਾ ਇੰਡੀਪੈਂਡੈਂਟ ਸੀਗਾ, ਮਤਲਬ ਮੈਨੂੰ ਬੜਾ ਹੀ ਅੱਛਾ ਲੱਗਿਆ। ਮੈਂ ਕਿਹਾ ਯੂ ਨੋ, ਨੋਰਮਲੀ ਕੀ ਹੁੰਦਾ ਕਿ ਤੁਸੀਂ ਵਿਆਹ ਸ਼ਾਦੀਆਂ ਕਰਦੇ ਹੋ, ਤੁਸੀਂ ਹੋਟਲ ਵਿੱਚ ਜਾਂਦੇ ਹੋ, ਉੱਥੇ ਕਰਦੇ ਹੋ, ਤਾਂ ਕੋਈ ਪ੍ਰਾਈਵੇਸੀ ਵਗੈਰਾ ਨਹੀਂ ਹੁੰਦੀ ਹੈ। ਤਾਂ ਮੈਂ ਸੋਚਿਆ ਕਿ ਕਿਉਂ ਨਾ ਆਪਣਾ ਇਸ ਤਰ੍ਹਾਂ ਦਾ ਕੁਛ ਖੋਲਿਆ ਜਾਏ ਜਿਹਦੇ ਵਿੱਚ ਯੂ ਨੋ ਇੰਡੀਪੈਂਡੈਂਟ ਫੰਕਸ਼ਨ ਹੋਣ ਤੇ ਸਾਰੇ ਲੋਕ ਆਪਣਾ ਇੰਜੋਏ ਕਰਨ, ਤੇ ਉਹਨਾਂ ਨੂੰ ਪੂਰੀ ਅਸੀਂ ਉਹ ਦੇਈਏ, ਈਜ਼ੀ ਕਰ ਦੇਈਏ ਉਹਨਾਂ ਵਾਸਤੇ। ਸੋ ਇਹ ਦਿਮਾਗ ਵਿੱਚ ਸੀਗਾ, ਪਰ ਹਿੰਮਤ ਤਾਂ ਸੀ ਨਹੀਂ ਕਰਨ ਦੀ। ਬਟ ਫਿਰ ਮੈਂ ਬੱਚਿਆਂ ਨਾਲ ਗੱਲ ਕੀਤੀ, ਸਾਰੇ ਫੈਮਿਲੀ ਨਾਲ ਗੱਲ ਕੀਤੀ, ਤੇ ਉਹਨਾਂ ਨੇ ਕਿਹਾ ਕਿ ਹੁਣ ਜੇ ਤੁਹਾਡੇ ਮਨ ਵਿੱਚ ਹੈ ਤਾਂ ਤੁਸੀਂ ਕਰੋ ਇਹ ਚੀਜ਼, ਯੂ ਨੋ ਆਪਣੇ ਡ੍ਰੀਮਸ ਨੂੰ ਅੱਗੇ ਲੈ ਕੇ ਜਾਓ। ਤਾਂ ਫਿਰ ਮੇਰੇ ਦਿਮਾਗ ਵਿੱਚ ਆਇਆ ਤਾਂ ਮੈਂ ਆਪਣੀ ਇੱਕ ਜ਼ਮੀਨ ਖਰੀਦੀ, 8 acres ਦੀ ਜ਼ਮੀਨ ਇੱਥੇ ਲਈ ਜੀ। ਪਰ ਸੋਚਿਆ ਕਿ ਬਣਾਵਾਂ ਕਿ ਨਾ ਬਣਾਵਾਂ, ਇਸ ਉਮਰ ਵਿੱਚ ਮੁਸ਼ਕਿਲ ਨਾ ਹੋਏ। ਪਰ ਫਿਰ ਬੱਚਿਆਂ ਨੇ ਬਹੁਤ ਸਾਥ ਦਿੱਤਾ ਤੇ ਡਾਕਟਰ ਸਾਹਿਬ ਨੇ ਬਹੁਤ ਸਾਥ ਦਿੱਤਾ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਬਿਲਡਿੰਗ ਬਣਾਉਣੀ ਸ਼ੁਰੂ ਕਰੋ। ਤੇ ਫਿਰ ਇਹ ਬਿਲਡਿੰਗ ਮੈਂ ਸਕਰੈਚ ਤੋਂ ਬਣਾਈ, ਜਿਹੜੀ ਕਿ ਤਕਰੀਬਨ 60,000 square feet ਦੀ ਹੈਗੀ ਹੈ ਜੀ। ਹਾਂਜੀ, ਕਵਰਡ ਏਰੀਆ 60,000 ਹੈਗਾ, ਤੇ ਨਾਲੇ ਗਾਰਡਨ ਹੈਗੇ ਆ। ਗਾਰਡਨ ਵਿੱਚ ਤਕਰੀਬਨ 2,000 ਬੰਦਾ ਆ ਸਕਦਾ ਹੈ। ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੋਗੇ? ਬਿਲਕੁਲ ਮੰਜੂ ਜੀ, ਬਹੁਤ ਮੁਸ਼ਕਿਲਾਂ ਆਈਆਂ। ਕਈ ਵਾਰੀ ਤਾਂ ਸੋਚਿਆ ਕਿ ਇਹ ਤਾਂ ਬੜਾ ਮੁਸ਼ਕਿਲ ਕੰਮ ਹੈ ਜਿਹੜਾ ਮੈਂ ਲੈ ਲਿਆ ਹੈਗਾ। ਪਰ ਇੱਕ ਇੰਸੀਡੈਂਟ ਮੈਂ ਤੁਹਾਨੂੰ ਦੱਸਾਂਗੀ ਕਿ ਐਰੀਜ਼ੋਨਾ ਵਿੱਚ ਵੈਸੇ ਘੱਟ ਹੀ ਤੂਫਾਨ ਆਉਂਦੇ ਹੈਗੇ ਆ, ਕੁਛ ਹੁੰਦਾ ਹੈ। ਬਟ ਜਿਸ ਸਾਲ ਮੇਰੀ ਬਿਲਡਿੰਗ ਦੀ ਕੰਸਟਰਕਸ਼ਨ ਹੋ ਰਹੀ ਸੀਗੀ, ਉਸ ਟਾਈਮ ਇੱਕ ਬੜਾ ਵੱਡਾ ਤੂਫਾਨ ਆਇਆ ਤੇ ਸਾਰੀ ਬਿਲਡਿੰਗ ਦੀ ਫੋਮ ਉੜ ਕੇ ਪੂਰੇ ਹਾਈਵੇ ਤੱਕ ਪਹੁੰਚੀ ਹੋਈ ਸੀਗੀ। ਤੇ ਆ ਕੇ ਮੈਂ ਦੇਖਿਆ ਤੇ ਇਹ ਤਾਂ ਇੱਕ ਹੀ ਹੋ ਗਿਆ, ਬਿਲਡਿੰਗ ਪੂਰੀ ਤਿਆਰ ਫੋਮ ਨਾਲ ਹੋਈ ਹੋਈ ਸੀ, ਤੇ ਦੇਖਿਆ ਕੋਈ ਕੋਈ ਫੋਮ ਨਹੀਂ, ਕੁਛ ਨਹੀਂ। ਬੜਾ ਮੁਸ਼ਕਿਲ ਹੋਇਆ, ਫਿਰ ਦੁਬਾਰਾ ਸਾਨੂੰ ਸਾਰਾ ਦੁਬਾਰਾ ਤੋਂ ਕਰਨਾ ਪਿਆ ਜੀ। ਮੁਸ਼ਕਿਲਾਂ ਇਸ ਤਰ੍ਹਾਂ ਆਈਆਂ। ਫਿਰ ਕਲਰ ਪਿੱਕ ਕਰਨੇ, ਜਦੋਂ ਮੈਂ ਕਲਰ ਪਿੱਕ ਕੀਤਾ ਆਪਣੀ ਬਿਲਡਿੰਗ ਦਾ, ਮੈਨੂੰ ਲੱਗਿਆ ਕਿ ਇਹ ਲਾਈਟਰ ਕਲਰ ਹੈ, ਪਰ ਜਦੋਂ ਮੈਂ ਆ ਕੇ ਦੇਖਿਆ ਤਾਂ ਪੀਲਾ ਰੰਗ ਸੀਗਾ ਜੀ। ਮੈਂ ਦੇਖ ਕੇ, ਇਹ ਤਾਂ ਮੇਰੀ ਇਮੈਜੀਨੇਸ਼ਨ ਵਿੱਚ ਨਹੀਂ ਸੀ। ਫਿਰ ਦੁਬਾਰਾ ਤੋਂ ਸਾਰੀ ਬਿਲਡਿੰਗ ਪੇਂਟ ਹੋਈ ਹੈ। ਤਾਂ ਬੜੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਹੁੰਦੀਆਂ ਰਹੀਆਂ, ਜਿਹੜੀਆਂ ਕਿ ਪ੍ਰੋਬਲਮ ਸੀਗੀਆਂ। ਐਂਡ ਜਿਹੜਾ ਤੁਹਾਡਾ ਬਜਟ ਹੁੰਦਾ ਹੈ, ਉਹ ਤੁਹਾਡਾ ਉੱਤੇ ਦੇ ਉੱਤੇ ਹੀ ਜਾਈ ਜਾਂਦਾ ਹੈਗਾ। ਸੋ ਇਹ ਸਾਰੀਆਂ ਪ੍ਰੋਬਲਮਸ ਆਈਆਂ, ਬਟ ਐਂਡ ਰਿਜ਼ਲਟ ਰੱਬ ਨੇ ਬਹੁਤ ਸੋਹਣਾ ਕੀਤਾ। ਸੋ ਯੂ ਨੋ, ਅਸੀਂ ਬੜੇ ਉੱਪਰ ਵਾਲੇ ਦੀ ਮਿਹਰ ਵੀ ਬੜੀ ਹੋਈ। ਬਿਲਕੁਲ ਠੀਕ ਕਹਿ ਰਹੇ ਹੋ, ਨਾਲੇ ਸਭ ਦਾ ਸਾਥ ਬੜਾ ਸੀਗਾ, ਫੈਮਿਲੀ ਦਾ ਸਾਥ ਸੀਗਾ, ਫਰੈਂਡਸ ਦਾ ਸਾਥ ਸੀਗਾ, ਤਾਂ ਉਹਨਾਂ ਨੇ ਸਭ ਨੇ ਹੈਲਪ ਕੀਤੀ ਤੇ ਯੂ ਨੋ ਇਹ ਮੈਂ ਸ਼ੁਰੂ ਕੀਤਾ ਕੰਮ ਜੀ। ਇਸ ਤੋਂ ਇਲਾਵਾ ਵੀ ਤੁਹਾਡਾ ਕੋਈ ਹੋਰ ਸ਼ੌਕ ਹੈਗਾ? ਬੜੇ ਸ਼ੌਕ ਹੈ। ਮੈਨੂੰ ਹਮੇਸ਼ਾ ਇਹ ਹੁੰਦਾ ਸੀਗਾ ਕਿ ਕਨਵੀਨੀਅੰਸ ਹੋਣੀ ਚਾਹੀਦੀ ਹੈ ਆਪਣੀ ਕਮਿਊਨਿਟੀ ਵਾਸਤੇ। ਤਾਂ ਮੈਨੂੰ ਇਹ ਸੀ ਕਿ ਵਿਆਹਾਂ ਲਈ ਬੜਾ ਮੁਸ਼ਕਿਲ ਹੁੰਦਾ ਸੀ। ਫੀਨਿਕਸ ਦੀ ਗਰੋਥ ਹੋ ਰਹੀ ਸੀਗੀ, ਪਰ ਯੂ ਨੋ ਚੀਜ਼ਾਂ ਨਹੀਂ ਮਿਲਦੀਆਂ ਸੀ ਸਾਨੂੰ, ਦੂਸਰੇ ਸਟੇਟਸ ਤੋਂ ਲਿਆਉਣਾ ਪੈਂਦਾ ਸੀਗਾ। ਫਿਰ ਮੈਂ ਸੋਚਿਆ ਕਿ ਕਿਉਂ ਨਹੀਂ ਯੂ ਨੋ ਇਹੋ ਜਿਹਾ ਇੱਕ ਰੈਂਟਲ ਬਿਜ਼ਨਸ ਵੀ ਸ਼ੁਰੂ ਕੀਤਾ ਜਾਏ, ਜਿਹਦੇ ਵਿੱਚ ਜਿਵੇਂ ਮੰਡਪ ਹੈਗੇ ਹੈ, ਯੂ ਨੋ ਸਾਰੇ ਵਿਆਹਾਂ ਦੀਆਂ ਚੀਜ਼ਾਂ, ਜਿਵੇਂ ਜਾਗੋ ਹੈ, ਸਾਡੀ ਪੰਜਾਬੀ ਕਲਚਰ 'ਚ ਜਾਗੋ ਕਿੰਨੀ ਹੈਗੀ ਹੈ, ਤੇ ਸਾਨੂੰ ਮਿਲਦਾ ਹੀ ਨਹੀਂ ਸੀਗਾ ਯੂ ਨੋ। ਮੈਂ ਫਿਰ ਉਹ ਬਿਜ਼ਨਸ ਵੀ ਸ਼ੁਰੂ ਕੀਤਾ ਜਿਹਦੇ ਵਿੱਚ ਮੈਂ ਸਾਰੀਆਂ ਚੀਜ਼ਾਂ ਇੰਡੀਆ ਤੋਂ ਮੰਗਾਈ, ਜਿਵੇਂ ਡੋਲੀ ਮੰਗਾਈ, ਯੂ ਨੋ ਮੇਰੇ ਕੋਲ ਰਿਕਸ਼ਾ ਤੱਕ ਜੋ ਕੁਛ ਤੁਸੀਂ ਰੇਹੜੀਆਂ ਸਭ ਕੁਛ ਮੈਂ ਮੰਗਾਇਆ ਉੱਤੋਂ। ਤੇ ਮੈਂ ਉਹ ਬਿਜ਼ਨਸ ਸ਼ੁਰੂ ਕੀਤਾ ਤਾਂ ਕਿ ਸਾਡੇ ਜਿਹੜੇ ਲੋਕ ਹੈਗੇ ਆ, ਪੰਜਾਬੀ ਲੋਕ ਹੈਗੇ ਆ ਫੀਨਿਕਸ ਵਿੱਚ, ਯੂ ਨੋ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਏ, ਤੇ ਉਹ ਇਹ ਸਾਰੀਆਂ ਚੀਜ਼ਾਂ ਵਿਆਹ ਕਰਨ ਤਾਂ ਪੂਰੇ ਉਹੋ ਜਿਹੇ ਕਰਨ ਜਿਵੇਂ ਆਪਾਂ ਪੰਜਾਬ 'ਚ ਕਰਦੇ ਸੀਗੇ। ਸੋ ਇਹ ਬਿਜ਼ਨਸ ਇੱਕ ਹੋਰ ਸੀ, ਇਹਨੂੰ ਮੈਂ ਅਸਟੂ ਰੈਂਟਲ ਕਹਿੰਦੀ ਸੀ, ਯੂ ਨੋ ਕਰਕੇ ਤੇ ਉੱਥੋਂ ਤੁਸੀਂ ਸਾਰਾ ਕੁਛ ਇਹ ਸਭ ਰੈਂਟ ਕਰ ਸਕਦੇ ਸੀਗੇ ਜੀ। ਹਾਂਜੀ
ਜੀ ਅੱਛਾ, ਤੁਸੀਂ ਪਹਿਲਾਂ ਉਹ ਰੈਂਟਲ ਦਾ ਵੀ ਸੀਗਾ ਤੁਹਾਡਾ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ, ਆਪਾਂ ਜੁੜੇ ਹੋਏ ਹਾਂ ਦੀਪਕਾ ਜੀ ਦੇ ਨਾਲ ਅਰਜ਼ੋਨਾ ਤੋਂ। ਇੰਟਰਪ੍ਰੀਨਰ ਨੇ ਇੱਕ ਬਹੁਤ ਹੀ ਸੋਹਣਾ ਬੈਂਕੁਟ ਹਾਲ ਚਲਾਉਂਦੇ ਨੇ। ਆਪਾਂ ਗੱਲਾਂ ਕਰਦੇ ਹਾਂ ਹੁਣ ਬੈਂਕੁਟ ਬਾਰੇ, ਪਰ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ, ਔਰ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ। ਬ੍ਰੇਕ ਤੋਂ ਬਾਅਦ ਫਿਰ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਕਿਆ। ਅਤੇ ਦੀਪਕਾ ਜੀ, ਤੁਸੀਂ ਇਹ ਬਹੁਤ ਹੀ ਸੋਹਣਾ ਖੂਬਸੂਰਤ ਬੈਂਕੁਟ ਹਾਲ ਬਣਾਇਆ ਹਾਰਟ ਆਫ ਫੀਨਿਕਸ ਦੇ ਵਿੱਚ, ਔਰ ਜਿਹਨੂੰ ਕਾਫੀ ਲੋਕ ਦੂਰੋਂ ਦੂਰੋਂ ਕਈ ਵਾਰ ਦੇਖਣ ਹੀ ਆਉਂਦੇ ਨੇ, ਜੇ ਈਵੈਂਟ ਨਹੀਂ ਕਰਦੇ ਪਰ ਦੇਖਣ ਜ਼ਰੂਰ ਆਉਂਦੇ ਨੇ। ਅਤੇ ਇੱਕ ਇੱਕ ਬਹੁਤ ਹੀ ਖੂਬਸੂਰਤ ਬਿਲਡਿੰਗ ਹੈ, ਤੁਸੀਂ ਇਸ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਚਾਨਣਾ ਪਾਉਣਾ ਚਾਹੋਗੇ? ਹਾਂਜੀ ਮੰਜੂ ਜੀ, ਮੇਰਾ ਏਮ ਇਹ ਸੀਗਾ ਕਿ ਇਹ ਜਿਵੇਂ ਇੱਕ ਵਨ ਸਟੋਪ ਕਾਇੰਡ ਆਫ ਬਿਲਡਿੰਗ ਬਣੇ, ਜਿੱਥੇ ਸਭ ਕੁਝ ਤੁਹਾਨੂੰ, ਤੁਸੀਂ ਆਓ, ਤੁਸੀਂ ਹਰ ਤਰ੍ਹਾਂ ਦਾ ਫੰਕਸ਼ਨ ਇੱਥੇ ਕਰ ਸਕਦੇ ਹੋ। ਸਿਰਫ ਵਿਆਹਾਂ ਦਾ ਹੀ ਨਹੀਂ ਹੈਗਾ, ਹੋਰ ਤਰ੍ਹਾਂ ਦੇ ਵੀ ਫੰਕਸ਼ਨ ਲਾਈਕ ਨਾਨ ਪ੍ਰੋਫਿਟ ਇੱਕ ਆਰਗੇਨਾਈਜੇਸ਼ਨ। ਇੱਕ ਇੱਕ ਮਿੰਟ ਦੀਪਕਾ ਜੀ, ਤੁਸੀਂ ਕਿਹਾ ਵਿਆਹਾਂ ਦਾ ਨਹੀਂ, ਇਹਦਾ ਮਤਲਬ ਵੀ ਇੱਥੇ ਹਰ ਇੱਕ ਇਨਸਾਨ, ਹਰ ਇੱਕ ਮਜ਼ਹਬ ਦਾ ਇਨਸਾਨ ਆ ਕੇ ਸ਼ਾਦੀ ਕਰ ਸਕਦਾ ਹੈ ਅਤੇ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਤਾਂ ਉੱਥੇ ਮਿਲਦੀਆਂ। ਬਿਲਕੁਲ ਬਿਲਕੁਲ, ਮੇਰਾ ਏਮ ਹੀ ਇਹੀ ਸੀਗਾ ਕਿ ਸਭ ਵਾਸਤੇ ਹੋਏ, ਸਪੈਸ਼ਲੀ ਆਪਣੇ ਪੰਜਾਬੀਆਂ ਦਾ ਤਾਂ ਮੈਂ ਹਾਂਜੀ ਚਾਹੁੰਦੀ ਹਾਂ ਕਿ ਉਹ ਆਪਣੇ ਕਲਚਰ ਦਾ ਸਾਰਾ ਕੁਝ ਹੋਏ, ਬਟ ਸਾਰਿਆਂ ਦਾ ਹਰ ਚੀਜ਼। ਸਾਡੇ ਇੱਥੇ ਜੂਇਸ਼ ਵੈਡਿੰਗਸ ਹੁੰਦੀਆਂ ਹੈਗੀਆਂ, ਤੁਸੀਂ ਕਰ ਦਿਓ, ਪਾਕਿਸਤਾਨੀ ਹੁੰਦੀਆਂ ਹੈ, ਬੰਗਲਾਦੇਸ਼ੀ, ਕਿਸੇ ਵੀ ਜਗ੍ਹਾ ਦਾ, ਅਮੈਰੀਕਨ ਵੈਡਿੰਗ, ਸਭ ਕੁਛ ਅਸੀਂ ਇੱਥੇ ਕਰਦੇ ਹੈਗੇ ਹਾਂ। ਪਰ ਵਿਆਹਾਂ ਦਾ ਤਾਂ ਹੈਗਾ ਹੀ ਹੈ, ਉਹ ਤਾਂ ਜੀ ਹੁੰਦੀਆਂ ਹੀ ਹੈ, ਬਟ ਉਹ ਇੱਕ ਪਾਰਟ ਹੈਗਾ। ਦੂਜਾ ਹੈਗਾ ਨਾਨ ਪ੍ਰੋਫਿਟ ਦਾ, ਤੁਹਾਨੂੰ ਮੈਂ ਹਾਂਜੀ ਦੱਸ ਨਹੀਂ ਸਕਦੀ ਹਾਂ ਮੰਜੂ ਜੀ, ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਇੱਥੇ ਫੰਡ ਰੇਜ਼ਰਸ ਹੁੰਦੇ ਹੈ ਤੇ ਲੋਕੀ ਪੈਸਾ ਇਕੱਠਾ ਕਰਕੇ ਉੱਥੇ ਜਾ ਆਪਣੀ ਜਿਹੜੇ ਹੈਗੀਆਂ ਆ ਫੰਡ ਰੇਜ਼ਿੰਗ, ਨਾਨ ਪ੍ਰੋਫਿਟ ਵਾਲੇ ਵਾਸਤੇ ਯੂਜ਼ ਹੁੰਦਾ ਹੈ। ਪਿੱਛੇ ਹੀ ਮੈਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਜਿਹਨੂੰ ਕਹਿੰਦੇ ਸੀ ਸ਼ੈਟੋ ਲਕਸ ਕੇਅਰਸ, ਉਹਦੇ ਵਿੱਚ ਅਸੀਂ ਕੀਤਾ ਕਿਉਂਕਿ ਕੋਵਿਡ ਦੇ ਟਾਈਮ ਨਾਨ ਪ੍ਰੋਫਿਟਸ ਨੂੰ ਬਹੁਤ ਇਫੈਕਟ ਹੋਇਆ ਸੀਗਾ, ਜੀ ਤਾਂ ਮੈਂ ਸੋਚਿਆ ਰੱਬ ਨੇ ਸਾਨੂੰ ਇੰਨਾ ਦਿੱਤਾ ਹੈਗਾ, ਸਭ ਕੁਛ ਕੀਤਾ ਹੈ, ਤਾਂ ਸਾਡਾ ਵੀ ਟਾਈਮ ਹੈ ਕਿ ਕਮਿਊਨਿਟੀ ਵਾਸਤੇ ਕੁਛ ਵਾਪਸ ਅਸੀਂ ਕਰੀਏ। ਜੀ ਤਾਂ ਇਹ ਪ੍ਰੋਗਰਾਮ ਦਾ ਇਹ ਸੀ ਕਿ ਜਿਹੜੇ ਸਾਰੇ ਨਾਨ ਪ੍ਰੋਫਿਟਸ ਨੇ ਇਹਦੇ ਵਿੱਚ ਆਪਣੀ ਆਪਣੀ ਡਰਾਇੰਗਸ ਪਾਈਆਂ ਸੀਗੀਆਂ, ਤੇ ਅਸੀਂ ਰੈਫਲ ਡਰਾਇੰਗ ਕੀਤੀ ਸੀਗੀ, ਤੇ ਜਿਹਦਾ ਵੀ ਨਾਮ ਆਇਆ ਉਹਨੂੰ ਅਸੀਂ ਇੱਥੇ ਫ੍ਰੀ ਇਵੈਂਟ ਦਿੱਤਾ ਜੀ ਤਾਂ ਕਿ ਉਹ ਆਪਣੇ ਪ੍ਰੋਫਿਟ ਆਰਗੇਨਾਈਜੇਸ਼ਨ ਵਾਸਤੇ ਆਪਣਾ ਪੈਸਾ ਇਕੱਠਾ ਕਰ ਸਕਣ। ਜੀ ਸੋ ਤੇ ਤੁਸੀਂ ਸੋਚ ਨਹੀਂ ਸਕਦੇ ਜਿਹੜੀ ਖੁਸ਼ੀ ਹੁੰਦੀ ਹੈ ਜਦ ਛੋਟੇ ਛੋਟੇ ਆਟਿਸਟਿਕ ਚਿਲਡਰਨ ਇੱਥੇ ਆ ਕੇ ਉਹਨਾਂ ਲਈ ਅਸੀਂ ਪੈਸਾ ਇਕੱਠਾ ਕਰਦੇ ਹਾਂ, ਜਾਂ ਫਿਰ ਹਾਰਟ ਇੰਸਟੀਟਿਊਟ, ਜਾਂ ਫਿਰ ਬ੍ਰੇਨ ਵਾਸਤੇ, ਜਾਂ ਕੁਛ ਕਰਕੇ। ਸੋ ਇਹ ਹਾਲ, ਮੇਰਾ ਏਮ ਸਿਰਫ ਇਹ ਨਹੀਂ ਸੀਗਾ ਕਿ ਸਿਰਫ ਵਿਆਹ ਹੋਣ ਤੇ ਕੋਈ, ਹਰ ਤਰ੍ਹਾਂ ਦਾ ਪ੍ਰੋਗਰਾਮ ਇੱਥੇ ਤੁਸੀਂ ਕਰ ਸਕਦੇ ਹੋ। ਹੁਣੀ ਅਸੀਂ ਇੱਕ ਪ੍ਰੋਗਰਾਮ ਕਰਨ ਲੱਗੇ ਹਾਂ ਜਿਹਦੇ ਜਿਹਦੇ 'ਚ ਅਸੀਂ ਕੀ ਕਹਿੰਦੇ ਡਾਂਸਿੰਗ ਵਿਦ ਦ ਸਟਾਰਸ ਟਾਈਪ ਦਾ, ਅਸੀਂ ਇੱਥੇ ਐਮੀ ਅਵਾਰਡਸ ਇੱਥੇ ਦੇ ਫੀਨਿਕਸ ਦੇ ਚੈਪਟਰ ਦੇ ਕੀਤੇ ਹੈਗੇ, ਕੌਕਸ ਕਮਿਊਨੀਕੇਸ਼ਨ ਮੀਟਿੰਗਸ ਹੋ ਸਕਦੀਆਂ ਹੈਗੀਆਂ, ਇੱਥੇ ਬਾਰ ਮਿਤਸਵਾਸ ਹੁੰਦੇ ਆ, ਅਸੀਂ ਇੱਥੇ ਕੋਸ਼ਰ ਦਾ ਵੀ ਖਾਣਾ ਕਰ ਸਕਦੇ ਹਾਂ, ਹਰ ਤਰ੍ਹਾਂ ਦਾ। ਸਾਡਾ ਆਪਣਾ ਕਿਚਨ ਹੈਗਾ, ਸਾਡਾ ਆਪਣੇ ਸ਼ੈਫਸ ਹੈਗੇ ਹੈ, ਸਾਡੇ ਆਪਣੀ ਪੇਸਟਰੀ ਸ਼ੈਫ ਹੈਗੀ ਹੈ, ਜਿਹੜੇ ਅਸੀਂ ਕੇਕਸ ਵਗੈਰਾ ਸਭ ਕੁਛ ਇੱਥੇ ਅਸੀਂ ਬਣਾਉਂਦੇ ਹਾਂ, ਤੇ ਤੁਸੀਂ ਇੱਥੇ ਆਉਂਦੇ ਹੋ ਤੁਹਾਨੂੰ ਜਿਸ ਤਰ੍ਹਾਂ ਦਾ ਵੀ ਖਾਣਾ ਚਾਹੀਦਾ ਤੁਹਾਨੂੰ ਮਿਲੇਗਾ, ਤੁਹਾਨੂੰ ਬਫੇ ਸਟਾਈਲ ਚਾਹੀਦਾ ਹੈ, ਤੁਹਾਨੂੰ ਫੈਮਿਲੀ ਸਟਾਈਲ ਚਾਹੀਦਾ ਹੈ, ਜੋ ਵੀ ਚਾਹੀਦਾ ਹੈਗਾ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ। ਮੇਰਾ ਏਮ ਇਹ ਹੈ ਕਿ ਜਦੋਂ ਸਭ ਖੁਸ਼ੀਆਂ ਜਾਣ ਇੱਥੋਂ। ਮੈਨੂੰ ਕਿਸੇ ਨੇ ਇੱਕ ਵਾਰੀ ਪੁੱਛਿਆ ਸੀਗਾ ਤੁਹਾਡਾ ਗੋਲ ਕੀ ਹੈ, ਮੈਂ ਜਵਾਬ ਦਿੱਤਾ ਸੀਗਾ 5 smiles a day। ਅਗਰ ਮੈਂ 5 ਬੰਦਿਆਂ ਨੂੰ ਖੁਸ਼ ਕਰ ਹੋ ਸਕਦੇ ਹੈਗੇ ਇੱਥੇ ਆ ਕੇ ਆਪਣਾ ਫੰਕਸ਼ਨ ਕਰਕੇ, ਮੇਰਾ ਏਮ ਪੂਰਾ ਹੁੰਦਾ ਹੈਗਾ। ਸੋ ਬਿਲਡਿੰਗ ਵਿੱਚ ਮਤਲਬ ਗਾਰਡਨ ਹੈਗਾ, ਹੁਣ ਕੋਵਿਡ ਹੋਇਆ ਸੀਗਾ ਤੇ ਲੋਕੀ ਬਹੁਤ ਆਊਟਡੋਰ ਇਵੈਂਟਸ ਕਰਨਾ ਚਾਹੁੰਦੇ ਹੈ, ਅਸੀਂ ਫਿਰ ਬਾਹਰ ਵੀ ਗਾਰਡਨ ਵਿੱਚ ਵੀ ਕਰ ਸਕਦੇ ਹੈਗੇ ਆ, 2000 ਬੰਦਾ ਕਰ ਸਕਦੇ। ਦੀਪਕਾ ਜੀ, ਤੁਹਾਡੇ ਇੱਥੇ ਤੁਸੀਂ ਜਿਵੇਂ ਕਿਹਾ ਕਿ ਤੁਹਾਡੇ ਇੱਥੇ ਸ਼ੈਫ ਵੀ ਅਵੇਲੇਬਲ ਹੈ, ਤੁਹਾਡੇ ਆਪਣੇ ਬੈਂਕੁਟ ਹਾਲ ਦੇ ਵਿੱਚ ਤੁਹਾਡੀ ਆਪਣੀ ਕਿਚਨ ਹੈ ਕਿ ਤੁਸੀਂ ਬਾਹਰੋਂ ਕੈਟਰ ਕਰਵਾਉਂਦੇ ਹੋ? ਨਹੀਂ ਨਹੀਂ ਜੀ, ਸਾਡੀ ਆਪਣੀ 3000 square foot ਦੀ ਕਿਚਨ ਹੈਗੀ ਹੈ, ਜਿਹਦੇ ਵਿੱਚ ਤੰਦੂਰ ਹੈ, ਸਭ ਕੁਛ ਹੈਗਾ, ਗ੍ਰਿਲਸ ਹੈਗੀਆਂ, ਅਸੀਂ ਲਾਈਵ ਵੀ ਤੁਹਾਡੇ ਵਾਸਤੇ
ਕਰ ਸਕਦੇ ਹਾਂ। ਜੇ ਤੁਸੀਂ ਕਹਿੰਦੇ ਹੋ ਕਿ ਗਰਮ ਗਰਮ ਜਲੇਬੀਆਂ ਉੱਥੇ ਬਣ ਰਹੀਆਂ ਹੋਣ ਜਿਵੇਂ ਸਾਡੇ ਪੰਜਾਬ 'ਚ ਬਣਦੀਆਂ ਸੀਗੀਆਂ, ਯੂ ਨੋ, ਉਹ ਸਾਰਾ ਅਸੀਂ ਉੱਥੇ ਬਣਾ ਸਕਦੇ ਹਾਂ, ਅਸੀਂ ਡੋਸੇ ਬਣਾ ਸਕਦੇ ਹਾਂ, ਜੋ ਵੀ ਤੁਸੀਂ ਕਹਿੰਦੇ ਹੋ, ਮੱਕੀ ਦੀ ਰੋਟੀ, ਸਰਸੋਂ ਦਾ ਸਾਗ, ਸਭ ਕੁਛ ਉੱਥੇ ਤੁਹਾਡੇ ਸਾਹਮਣੇ ਬਣ ਕੇ, ਯੂ ਨੋ, ਸਾਡੇ ਸ਼ੈਫਸ ਕਰ ਸਕਦੇ ਹਾਂ ਅਤੇ ਉਹ ਟ੍ਰੇਨਡ ਹੈਗੇ ਹੈ ਫੋਰ ਐਵਰੀ ਕਾਇੰਡ ਆਫ, ਉਹਨਾਂ ਦੇ ਹਰ ਤਰ੍ਹਾਂ ਦੇ ਖਾਣੇ ਲਈ। ਜ਼ਿਆਦਾ ਅਮੈਰੀਕਨ ਫੂਡ ਵੀ ਹੁੰਦਾ ਹੈਗਾ, ਯੂ ਨੋ, ਚਾਈਨੀਜ਼ ਵੀ ਕਰ ਸਕਦੇ ਹਾਂ, ਮੈਕਸੀਕਨ, ਪਰ ਪੰਜਾਬੀ, ਗੁਜਰਾਤੀ, ਜਿਹੜਾ ਵੀ ਖਾਣਾ ਤੁਸੀਂ ਕਹੋਗੇ ਅਸੀਂ ਕਰ ਸਕਦੇ ਹਾਂ ਤੁਹਾਡੇ ਵਾਸਤੇ। ਅਤੇ ਦੀਪਕਾ ਜੀ, ਤੁਹਾਡੇ ਬੈਂਕੁਇਟ ਹਾਲ ਦੇ ਵਿੱਚ ਇੱਕੋ ਹੀ ਹਾਲ ਹੈਗਾ ਕਿ ਬਈ ਡਿਫਰੈਂਟ ਡਿਫਰੈਂਟ ਇੱਕ ਟਾਈਮ 'ਤੇ ਦੋ, ਓਕੇ, ਦੋ ਫੰਕਸ਼ਨ ਵੀ ਹੋ ਸਕਦੇ ਨੇ? ਹਾਂਜੀ, ਸਾਡੇ ਦੋ ਵੱਡੇ ਹਾਲ ਹੈ। ਇਹ ਜਿਹੜਾ ਹਾਲ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਇਹ ਸਭ ਤੋਂ ਵੱਡਾ ਹਾਲ ਹੈਗਾ। ਇਹਦਾ ਨਾਮ ਹੈ ਬਲਾਜ਼ੋ। ਇਹਦੇ ਵਿੱਚ 700 ਬੰਦਾ ਆ ਸਕਦਾ ਹੈ ਐਟ ਵਨ ਟਾਈਮ। ਦੂਸਰਾ ਹਾਲ ਜਿਹੜਾ ਹੈ ਉਹਨੂੰ ਟਸਕਾਨੋ ਹੈ, ਉਹਦੇ ਵਿੱਚ ਤਕਰੀਬਨ 300 ਬੰਦਾ ਆਉਂਦਾ ਹੈਗਾ। 300 ਬੰਦਾ ਉਹ ਹੈ ਗਾਰਡਨ ਵਿੱਚ, ਜਿਸਾ ਮੈਂ ਕਿਹਾ 2000 ਬੰਦੇ ਦੇ ਕਰੀਬ ਆ ਜਾਂਦਾ ਹੈ। ਸੋ ਕਾਫੀ ਚੋਇਸਿਸ ਹੈ ਲੋਕਾਂ ਲਈ, ਯੂ ਨੋ, ਜਿੰਨਾ ਵੱਡੀ ਪਾਰਟੀ, ਜੇ ਵੱਡੀ ਪਾਰਟੀ ਹੈ ਤਾਂ ਵੱਡਾ ਹਾਲ ਮਿਲ ਜਾਂਦਾ ਹੈਗਾ, ਤੇ ਜੇ ਛੋਟੀ ਹੈ ਤਾਂ ਛੋਟੀ ਕਰ ਲਾਂਗੇ। ਦੀਪਕਾ ਜੀ, ਇੱਕ ਹੋਰ ਗੱਲ ਮੈਂ ਪੁੱਛਣਾ ਚਾਹੁੰਦੀ ਹਾਂ, ਆਮ ਸ਼ੋਰ ਕਿ ਮੇਰੇ ਜਿਹੜੇ ਦੇਖਣ ਵਾਲੇ ਨੇ ਉਹ ਵੀ ਪੁੱਛਣਾ ਚਾਹੁੰਦੇ ਹੋਣੇ ਕਿ ਕੀ ਤੁਹਾਡੇ ਹੋਲ ਦੇ ਨਾਲ ਫੂਡ ਤੁਹਾਡਾ ਹੀ ਖਰੀਦਣਾ ਪੈਂਦਾ ਹੈ ਕਿ ਉਹ ਆਪਣੀ ਵੀ ਕੇਟਰਿੰਗ ਕਰਾ ਸਕਦੇ ਨੇ? ਮੰਜੂ ਜੀ, ਪਹਿਲਾਂ ਇਸ ਤਰ੍ਹਾਂ ਸੀ, ਕੋਵਿਡ ਤੋਂ ਪਹਿਲਾਂ ਅਸੀਂ ਅਲਾਓ ਕਰਦੇ ਸੀਗੇ, ਯੂ ਨੋ, ਕਿ ਤੁਸੀਂ ਆਪਣਾ ਖਾਣਾ ਜਿਹੜਾ ਵੀ ਲਿਆਉਣਾ ਹੈਗਾ ਤੁਸੀਂ ਲਿਆਓ, ਤੁਸੀਂ ਹਾਲ ਰੈਂਟ ਕਰ ਸਕਦੇ ਹੋ। ਪਰ ਕੋਵਿਡ ਤੋਂ ਬਾਅਦ ਤੁਹਾਡੀ ਲਾਇਬਿਲਿਟੀਜ਼ ਬਹੁਤ ਵੱਧ ਗਈਆਂ ਹੈਗੀਆਂ, ਤਾਂ ਮੈਂ ਮੇਕ ਸ਼ੋਰ ਕਰਨਾ ਚਾਹੁੰਦੀ ਹਾਂ ਕਿ ਜਿਹੜਾ ਵੀ ਗੈਸਟ ਮੇਰੇ ਇੱਥੇ ਆ ਰਿਹਾ ਹੈ ਉਹ ਸੇਫ ਹੋਏ, ਯੂ ਨੋ। ਇਸ ਕਰਕੇ ਅਸੀਂ ਹੁਣ ਉਹ ਅਲਾਓ ਨਹੀਂ ਕਰਦੇ ਹਾਂ, ਅਸੀਂ ਆਪਣੇ ਆਪ ਸਾਰਾ ਖਾਣਾ ਸਭ ਆਪ ਕਰਦੇ ਹਾਂ। ਤੇ ਦੀਪਕਾ ਜੀ, ਬਾਹਰ ਵੀ ਹੋਣੀ ਹੈ ਤੁਹਾਡੇ ਇੱਥੇ? ਹੋਣ ਤੇ ਬਾਹਰ ਨਾ ਹੋਏ ਤਾਂ ਹੋ ਨਹੀਂ ਸਕਦਾ, ਯੂ ਨੋ। ਸਾਡੇ ਕੋਲ ਬਹੁਤ ਅੱਛੀ, ਮੇਰੇ ਕੋਲ ਲਾਇਸੈਂਸ 6 ਹੈਗਾ, ਯੂ ਨੋ, ਤੇ ਉੱਥੇ ਹਰ ਤਰ੍ਹਾਂ ਦੀ, ਯੂ ਨੋ, ਡਰਿੰਕਸ ਅਵੇਲੇਬਲ ਹੁੰਦੀਆਂ। ਤਾਂ ਬਿਕੋਜ਼ ਆਫ ਜਿਹੜਾ ਲਾਇਸੈਂਸ 6 ਹੈਗਾ, ਅਸੀਂ ਬਾਹਰੋਂ ਅਲਕੋਹਲ ਨਹੀਂ ਲਿਆ ਸਕਦੇ। ਅਸੀਂ ਕਿਸੇ ਇਸ ਤਰ੍ਹਾਂ ਵੀ ਨਹੀਂ ਹੈ ਕਿ ਅਸੀਂ ਜਾ ਕੇ ਬਾਜ਼ਾਰ ਤੋਂ ਲੈ ਸਕੀਏ, ਸਾਨੂੰ ਸਿਰਫ ਸਪਲਾਇਰਸ ਤੋਂ ਲੈਣੀ ਪੈਂਦੀ ਹੈਗੀ ਹੈ ਡਰਿੰਕਸ। ਸੋ ਅਸੀਂ ਆਪ ਸਪਲਾਈ ਕਰਦੇ ਹੈਗੇ ਹਾਂ ਬਾਹਰ ਦਾ, ਯੂ ਨੋ, ਸਾਡੇ ਆਪਣੇ ਬਾਰ ਟੈਂਡਰ ਹੈ, ਆਪਣੇ ਸਰਵਰਸ ਹੈ, ਸਾਰਾ ਕੁਛ, ਯੂ ਨੋ, ਤਾਂ ਬਾਹਰ ਡਰਿੰਕਸ ਸਾਨੂੰ ਸਾਡੇ ਤੋਂ ਲੈਣੀਆਂ ਪੈਂਦੀਆਂ। ਤੇ ਦੀਪਕਾ ਜੀ, ਜੇ ਕਿਸੇ ਵੇਲੇ ਕਿਸੇ ਨੇ ਬਾਹਰੋਂ ਆ ਕੇ ਇੱਥੇ ਵਿਆਹ ਕਰਨਾ ਹੋਵੇ, ਤੇ ਤੁਸੀਂ ਕੋਈ ਹੋਟਲ ਦਾ ਜਾਂ ਤੁਹਾਡੇ ਉੱਥੇ ਰਿਹਾਇਸ਼ ਦਾ ਵੀ ਹੈਗਾ, ਜਾਂ ਤੁਸੀਂ ਕੋਈ ਉਹਨਾਂ ਨੂੰ ਦੇ ਦਿੰਦੇ ਹੈਗੇ ਹੋ ਕਿ ਵੀ ਇਹ ਹੋਟਲ ਦੇ ਨਾਲ ਸਾਡੇ ਕੰਟੈਕਟ ਨੇ, ਰੀਜ਼ਨੇਬਲ ਪ੍ਰਾਈਸ 'ਤੇ ਆ ਜਾਏਗਾ, ਇਸ ਤਰ੍ਹਾਂ ਦਾ ਵੀ ਕੋਈ ਹੈਗਾ? ਹਾਂਜੀ, ਬਿਲਕੁਲ ਹੈਗਾ। ਯੂ ਨੋ, ਸਾਡੇ ਆਪਣੇ ਰੂਮਸ ਨਹੀਂ ਹੈਗੇ ਇੱਥੇ, ਯੂ ਨੋ, ਤਾਂ ਅਸੀਂ ਕੀ ਕੀਤਾ, ਨਾਲ ਹੀ ਦੋ ਮਾਈਲਸ ਦੇ ਉੱਤੇ ਇੱਕ ਹੋਟਲ ਹੈ, ਅਸੀਂ ਉਹਨਾਂ ਨਾਲ ਐਸੋਸੀਏਸ਼ਨ ਕਰ ਲਈ ਹੈ। ਉਹ ਸਾਡੇ ਗੈਸਟ ਨੂੰ ਫ੍ਰੀ ਬ੍ਰੇਕਫਾਸਟ, ਹੈਪੀ ਆਵਰ, ਅਤੇ ਚੰਗੇ ਰੇਟ, ਅਤੇ ਨਾਲੇ ਸ਼ਟਲ ਸਰਵਿਸ ਦਿੰਦੇ ਹੈਗੇ ਹੈ। ਪ੍ਰੈਕਟੀਕਲੀ ਤੁਸੀਂ ਉੱਥੇ ਰਹਿ ਜਾਓ ਅਤੇ ਤੁਹਾਨੂੰ ਕੋਈ ਇਹ ਪ੍ਰੋਬਲਮ ਨਹੀਂ ਆਉਂਦੀ ਕਿ ਸ਼ਟਲ ਦੇ ਇੱਥੇ ਕਮਰੇ ਨਹੀਂ ਹੈਗੇ। ਸੋ ਸਾਡੀ ਉਹਨਾਂ ਨਾਲ ਐਸੋਸੀਏਸ਼ਨ ਹੈ, ਅਤੇ ਉਹ ਸ਼ੈਟੋ ਦੇ ਗੈਸਟ ਨੂੰ ਸਪੈਸ਼ਲ ਪ੍ਰਾਈਸਿੰਗ ਵੀ ਦਿੰਦੇ। ਜਿੱਦਾਂ ਕਿ ਤੁਸੀਂ ਦੱਸਿਆ ਦੀਪਕਾ ਜੀ ਕਿ ਤੁਹਾਡੇ ਪਾਰਕ ਜਿਹੜਾ ਪਿੱਛੇ ਬਾਗ ਹੈਗਾ ਉਹਦੇ ਵਿੱਚ 2000 ਬੰਦਾ ਆ ਜਾਂਦਾ ਹੈ, ਅਤੇ ਕੀ ਉਹ ਕੌਨਸਰਟਸ ਲਈ ਅਵੇਲੇਬਲ ਹੈਗਾ? ਹਾਂਜੀ, ਪਰ ਉਹਦੇ ਚ ਸਿਰਫ ਇੱਕੋ ਹੀ ਚੀਜ਼ ਹੈਗੀ ਹੈ ਕਿ ਸਾਡੀ ਨੋਇਸ ਆਰਡੀਨੈਂਸ ਹੁੰਦੀ ਹੈ 11 ਵਜੇ ਤੱਕ ਹੈਗੀ ਹੈ। ਸੋ ਜਦੋਂ ਕਾਨਸਰਟਸ ਹੋਣ ਜਾਂ ਕੁਛ ਹੈ ਤਾਂ ਉਹਨਾਂ ਨੂੰ 11 ਵਜੇ ਤੱਕ ਐਂਡ ਕਰਨਾ ਪੈਂਦਾ ਹੈਗਾ, 11 ਵਜੇ ਤੋਂ ਬਾਅਦ ਬੰਦ ਕਰਨਾ ਪੈਂਦਾ ਉਹਨਾਂ ਨੂੰ। ਸਿਟੀ ਦੀ ਆਰਡੀਨੈਂਸ ਹੁੰਦੀ ਹੈਗੀ ਹੈ, ਸੋ ਉਹ ਅਸੀਂ ਸਾਨੂੰ ਫੋਲੋ ਕਰਨੀ ਪੈਂਦੀ ਹੈ। ਸੋ ਅਗਰ ਤੁਸੀਂ ਥੋੜ੍ਹੀ ਜਲਦੀ, ਸਾਡੇ ਪਿੱਛੇ ਹੋਇਆ ਸੀਗਾ ਇੱਕ ਕੀ ਕਹਿੰਦੇ ਹੈ ਕਾਨਸਰਟ, ਜਿਹਦੇ ਵਿੱਚ ਕੈਂਡਲ ਲਾਈਟ ਕਾਨਸਰਟ ਸੀਗਾ, ਪਿਆਨਿਸਟ ਸੀਗਾ, ਸੋਫਟ ਮਿਊਜ਼ਿਕ ਸੀਗਾ, ਤੇ ਲੋਕੀ ਸਾਰੇ ਕੈਂਡਲਸ ਲੈ ਕੇ ਬੈਠੇ ਸੀ, ਬੜਾ ਬਿਊਟੀਫੁਲ ਇਵੈਂਟ ਸੀਗਾ। ਹੁੰਦੇ ਹੈਗੇ ਹੈ ਸਾਡੇ ਇੱਥੇ ਪੰਕਜ ਉਦਾਸ ਦਾ ਵੀ ਕਾਨਸਰਟ ਹੋਇਆ ਸੀ ਪਿੱਛੇ, ਯੂ ਨੋ, ਕੋਵਿਡ ਤੋਂ ਪਹਿਲਾਂ। ਸਾਡੇ ਕੋਲ ਅਬਿਲਿਟੀ ਹੈ ਕਰਨ ਦੀ, ਯੂ ਨੋ। ਸੋ ਫੈਸ਼ਨ ਸ਼ੋਅਜ਼ ਬਹੁਤ ਹੁੰਦੇ ਹੈ, ਬਿਊਟੀ ਪੇਜੈਂਟਸ ਵਗੈਰਾ ਸਾਰੇ, ਸੋ ਕੁਛ ਵੀ ਕਰ ਸਕਦੇ।
ਦੀਪਿਕਾ ਜੀ, ਕਰੋਨਾ ਦੀ ਮਹਾਂਮਾਰੀ ਨਾਲ ਜਦੋਂ ਆਪਾਂ ਸਾਰੇ ਜੂਝ ਰਹੇ ਹਾਂ, ਇਕੱਲੇ ਆਪਾਂ ਨੇ, ਕੀ ਇਹਦੇ ਨਾਲ ਬਿਜ਼ਨਸ 'ਤੇ ਇਫੈਕਟ ਪਿਆ? ਬਿਜ਼ਨਸ ਤਾਂ ਬੰਦ ਹੀ ਹੋ ਗਿਆ ਸੀ ਮੰਜੂ ਜੀ। 2020 ਸਭ ਤੋਂ ਮੁਸ਼ਕਿਲ ਸਾਲ ਮੇਰੀ ਲਾਈਫ ਦਾ ਰਿਹਾ ਹੈਗਾ। ਹਾਂਜੀ, ਬਹੁਤ ਅੱਛਾ ਚੱਲ ਰਿਹਾ ਸੀ, ਸਾਰੇ ਵੀਕਐਂਡਸ ਵਗੈਰਾ ਸਭ ਬੁੱਕ ਸੀਗੇ। ਆਲ ਆਫ ਅ ਸਡਨ ਜਦੋਂ ਸਾਰਾ ਲੋਕਡਾਊਨ ਵਗੈਰਾ ਸ਼ੁਰੂ ਹੋਏ ਐਂਡ ਸਾਰਾ ਸਭ ਕੈਂਸਲੇਸ਼ਨ, ਸਭ ਪੋਸਟਪੋਨਮੈਂਟਸ, ਸਭ ਹਾਲ ਬੰਦ ਕਰਨਾ ਪਿਆ। ਉਸ ਟਾਈਮ ਸਮਝ ਨਹੀਂ ਆ ਰਹੀ ਸੀ ਕਿ ਅੱਗੇ ਕੀ ਹੋਏਗਾ ਕਿਵੇਂ, ਬਿਕੋਜ਼ ਐਂਟਰਟੇਨਮੈਂਟ ਇੰਡਸਟਰੀ ਸਭ ਤੋਂ ਜ਼ਿਆਦਾ ਇਫੈਕਟ ਹੋਈ ਸੀਗੀ ਜੀ। ਪਰ ਮੇਰਾ ਮਨ ਨਹੀਂ ਮੰਨਿਆ ਕਿ ਮੈਂ ਆਪਣੇ ਕਿਸੇ ਵੀ ਇੰਪਲੋਈ ਨੂੰ ਨਹੀਂ ਕੱਢਿਆ ਨਹੀਂ, ਮੈਂ ਸਭ ਨੂੰ ਰੱਖਿਆ, ਸਭ ਨੂੰ ਪੇ ਕੀਤਾ ਕਰਕੇ, ਪਰ ਬਹੁਤ ਨੁਕਸਾਨ ਹੋਇਆ ਕਰਕੇ। ਬਟ ਰੱਬ ਦੀ ਸ਼ੁਕਰ ਹੈ ਕਿ 2021 ਆਇਆ ਤੇ ਨਾਲੇ ਵੈਕਸੀਨ ਆਈ ਹੈਗੀ ਹੈ ਤੇ ਹੁਣ ਲੋਕਾਂ ਨੇ ਫਿਰ ਤੋਂ ਆਪਣੇ ਇਵੈਂਟ ਕਰਨੇ ਸ਼ੁਰੂ ਕੀਤੇ ਹੈਗੇ। ਬਸ ਹੁਣ ਤੁਹਾਡੀ ਸਭ ਦੀ ਪ੍ਰੇਅਰਸ ਚਾਹੀਦੀਆਂ ਕਿ ਸਭ ਕੁਝ ਠੀਕ ਠਾਕ ਰਹੇ ਤੇ ਅਸੀਂ ਅੱਗੇ ਤੋਂ ਹੋਰ ਖੁਸ਼ੀਆਂ ਵੰਡੀਏ ਸਭ ਨੂੰ। ਦੀਪਿਕਾ ਜੀ, ਤੁਹਾਡੇ ਇੱਥੇ ਸਿਰਫ ਤੁਸੀਂ ਜਿਵੇਂ ਕਿਹਾ ਕਿ ਵਿਆਹ ਸ਼ਾਦੀਆਂ, ਫੰਡ ਰੇਜ਼ਿੰਗ, ਕੀ ਇੱਥੇ ਕੋਈ ਕਮਰਸ਼ੀਅਲ ਮੀਟਿੰਗਸ ਵੀ ਹੁੰਦੀਆਂ ਨੇ ਜਿਵੇਂ? ਹਾਂਜੀ ਹਾਂਜੀ, ਕਾਰਪੋਰੇਟ ਮੀਟਿੰਗਸ ਬਹੁਤ ਹੁੰਦੀਆਂ ਹੈਗੀਆਂ। ਵੀਕਡੇਸ ਤੇ ਜ਼ਿਆਦਾ ਕਾਰਪੋਰੇਟ ਮੀਟਿੰਗਸ ਹੁੰਦੀਆਂ ਹੈਗੀਆਂ, ਕਈ ਛੋਟੀਆਂ ਹੁੰਦੀਆਂ, ਕੋਈ ਵੱਡੀਆਂ ਹੁੰਦੀਆਂ ਹੈਗੀਆਂ। ਪਰ ਅਸੀਂ ਸਾਰੇ ਕਿਉਂਕਿ ਅਸੀਂ ਹਰ ਗਰੁੱਪ ਨੂੰ, ਸਾਡੇ ਕੋਈ ਮਿਨੀਮਮ ਨਹੀਂ ਹੈਗਾ, ਤੁਸੀਂ 20 ਬੰਦੇ ਵੀ ਆ ਜਾਣ, ਅਸੀਂ ਉਹਨਾਂ ਨੂੰ ਬ੍ਰੇਕਫਾਸਟ, ਲੰਚ, ਡਿਨਰ ਜੋ ਵੀ ਹੈ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ, ਬੋਕਸ ਲੰਚਸ ਵੀ ਪ੍ਰੋਵਾਈਡ ਕਰ ਸਕਦੇ ਹਾਂ, ਤੇ ਮੀਟਿੰਗ ਸਾਡੇ ਇੱਥੇ ਮੀਟਿੰਗ ਸਪੇਸ ਅਸੀਂ ਉਸ ਤਰ੍ਹਾਂ ਸੈਟਅਪ ਕਰ ਦਿੰਦੇ ਹਾਂ ਤੇ ਤੁਸੀਂ ਆਪਣੀ ਮੀਟਿੰਗਸ ਕਰ ਸਕਦੇ ਹੋ। ਤੇ ਸਾਡੀ ਕਾਫੀ ਮੀਟਿੰਗਸ ਆਊਟ ਆਫ ਸਟੇਟ ਤੋਂ ਵੀ ਆਉਂਦੀਆਂ ਹੈਗੀਆਂ ਤੇ ਅਸੀਂ ਉਹਨਾਂ ਨੂੰ ਅਕੋਮੋਡੇਟ ਕਰਦੇ ਹਾਂ। ਕੀ ਤੁਹਾਡੇ ਕੋਲ ਸਾਰੇ ਉਹਨਾਂ ਦੇ ਇਕਵਿਪਮੈਂਟ ਹੈਗੇ ਨੇ ਜਿਵੇਂ ਪ੍ਰੋਜੈਕਟਰ ਵਗੈਰਾ ਜਾਂ ਉਹਨਾਂ ਦੀ ਸਕਰੀਨ ਜਿੱਥੇ ਉਹ ਲੋਕ ਆਪਣਾ ਕੰਮ ਕਰਦੇ ਨੇ? ਪਹਿਲਾਂ ਮੰਜੂ ਜੀ ਅਸੀਂ ਆਪਣੇ ਪ੍ਰੋਵਾਈਡ ਕਰਦੇ ਸੀਗੇ, ਬਟ ਲੇਟਲੀ ਟੈਕਨੋਲੋਜੀ ਬਹੁਤ ਚੇਂਜ ਹੋ ਰਹੀ ਹੈਗੀ ਤੇ ਲੋਕੀ ਮੋਸਟਲੀ ਚਾਹੁੰਦੇ ਆ ਲਿਆਉਂਦੇ ਆ ਲਿਆਉਂਦੇ ਆ ਕੁਛ ਹੈਗਾ ਤਾਂ ਅਸੀਂ ਉਹਨਾਂ ਨੂੰ ਅਲਾਉ ਕਰ ਦਿੰਦੇ ਹਾਂ ਕਿ ਤੁਸੀਂ ਆਪਣਾ ਏ ਵੀ ਵਗੈਰਾ ਕਰੋ। ਜਿਸ ਤਰ੍ਹਾਂ ਤੁਸੀਂ ਪਿਕਚਰ ਵਿੱਚ ਦੇਖ ਰਹੇ ਹੋ, ਇਹ ਥੋੜੀ ਪੁਰਾਣੀ ਪਿਕਚਰ ਹੈਗੀ, ਇਹਦੇ ਵਿੱਚ ਤੁਸੀਂ ਪ੍ਰੋਜੈਕਟਰ ਸਕਰੀਨ ਦੇਖ ਰਹੇ ਹੋ, ਬਟ ਹੁਣ ਇਹ ਥੋੜੇ ਜਿਹੇ ਆਊਟਡੇਟਡ ਹੋ ਜਾਂਦੇ ਹੈਗੇ ਆ। ਸੋ ਮੋਸਟ ਆਫ ਦਾ ਪੀਪਲ ਚਾਹੁੰਦੇ ਹੈਗੇ ਕਿ ਉਹ ਆਪਣੀ ਲੈ ਕੇ ਆਉਣ ਜੀ। ਤੇ ਦੀਪਿਕਾ ਜੀ, ਬਹੁਤ ਖੂਬਸੂਰਤ ਬੈਂਕਵੇਟ ਹਾਲ ਹੈ ਪਰਪਲ ਦੇ ਚ, ਇਹ ਤੇ ਜਿਹੜੀ ਪ੍ਰੋਵਾਈਡ ਹੈ ਜਿਹੜੇ ਤੇ ਟੇਬਲ ਕਵਰਸ ਵਗੈਰਾ ਜਾਂ ਡੈਕੋਰੇਸ਼ਨ, ਉਹ ਵੀ ਤੁਸੀਂ ਪ੍ਰੋਵਾਈਡ ਕਰਦੇ ਹੋ? ਤੁਸੀਂ ਚੋਇਸ ਦਿੰਦੇ ਹੋ ਲੋਕਾਂ ਨੂੰ ਜਿਹੜੇ ਆ ਕੇ ਕਿਸੇ ਨੇ ਕੋਈ ਵੈਡਿੰਗ ਪਲਾਨ ਕਰਨਾ ਹੈ, ਉਹਨਾਂ ਦੇ ਥੀਮ ਦੇ ਨਾਲ ਤੁਸੀਂ ਉਹਨਾਂ ਨੂੰ ਚੋਇਸ ਦਿੰਦੇ ਹੋ? ਹਾਂਜੀ, ਸਾਡੇ ਸਟੈਂਡਰਡ ਹੈਗੇ ਆ, ਜਿਵੇਂ ਸ਼ਿਵਾਰੀ ਚੇਅਰ ਸਾਡੀਆਂ ਸਟੈਂਡਰਡ ਹੈਗੀਆਂ, ਸਾਡੇ ਟੇਬਲ 66 ਇੰਚ ਦੇ, 72 ਇੰਚ ਰਾਊਂਡ ਹੈਗੇ ਆ। ਜਿਹੜੇ ਟੇਬਲ ਕਲੋਥ ਹੈ ਸਾਡੇ ਕੋਲ 5-6 ਕਲਰਸ ਹੈਗੇ ਆ, ਉਹ ਹੈਗੇ, ਤੁਸੀਂ ਉਹਨਾਂ ਚੋਂ ਪਿੱਕ ਕਰ ਸਕਦੇ ਹੋ। ਪਰ ਤੁਹਾਡੇ ਕੋਲ ਚੋਇਸ ਵੀ ਹੈਗੀ ਹੈ, ਤੁਸੀਂ ਬਾਹਰੋਂ ਕਰਨਾ ਹੈਗਾ ਤੁਸੀਂ ਕਰ ਲਓ, ਕਈ ਲੋਕ ਸਿੰਪਲੀ ਸਾਡੀ ਸਮਾਨ ਯੂਜ ਕਰ ਲੈਂਦੇ ਆ, ਸਾਡੇ ਥੋੜੇ ਜਿਹੇ ਸੈਂਟਰ ਪੀਸਿਸ ਵਗੈਰਾ ਵੀ ਹੈ, ਤੁਸੀਂ ਯੂਜ ਕਰ ਸਕਦੇ ਹੋ ਵਿਦਆਊਟ ਐਨੀ ਐਕਸਟਰਾ ਕੋਸਟ ਕਰਕੇ। ਬਟ ਉਹਦਾ ਜਿਹੜਾ ਹੈਗਾ, ਪਰ ਬਾਹਰੋਂ ਲੋਕੀ ਵਿਆਹਾਂ ਲਈ ਤਾਂ ਜ਼ਿਆਦਾ ਬਾਹਰੋਂ ਹੀ ਕਰਦੇ ਆ, ਤੇ ਆਸਟ੍ਰੀਯੂ ਵਰਗੀਆਂ ਕੰਪਨੀਜ਼ ਹੈਗੀਆਂ ਜਿੱਥੋਂ ਉਹਨਾਂ ਨੂੰ ਸਾਰਾ ਕੁਛ ਮਿਲ ਜਾਂਦਾ ਹੈਗਾ, ਸੋ ਦੇ ਉਹ ਵਾਲੀ ਯੂਜ ਕਰ ਲੈਂਦੇ ਆ। ਹਾਂ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ, ਅਸੀਂ ਜੁੜੇ ਹੋਏ ਹਾਂ ਦੀਪਿਕਾ ਜੀ ਦੇ ਨਾਲ ਅਰਜ਼ੋਨਾ ਤੋਂ, ਜੋ ਕਿ ਬੈਂਕਵੇਟ ਹਾਲ ਨੂੰ ਰਨ ਕਰਦੇ ਨੇ। ਲੈਂਦੇ ਇੱਕ ਛੋਟਾ ਜਿਹਾ ਬ੍ਰੇਕ, ਔਰ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ, ਅਸੀਂ ਜੁੜੇ ਹੋਏ ਹਾਂ ਅਰਜ਼ੋਨਾ ਤੋਂ ਦੀਪਿਕਾ ਜੀ ਦੇ ਨਾਲ, ਜੋ ਕਿ ਇੱਥੇ ਇੱਕ ਬੈਂਕਵੇਟ ਹਾਲ ਦੇ ਮਾਲਕ ਨੇ, ਔਰ ਬਹੁਤ ਹੀ ਖੂਬਸੂਰਤ ਬੈਂਕਵੇਟ ਹਾਲ ਹੈਗਾ। ਥੈਂਕ ਯੂ ਮੰਜੂ ਜੀ। ਤੇ ਦੀਪਿਕਾ ਜੀ, ਜਦੋਂ ਤੁਸੀਂ ਇਹ ਬੈਂਕਵੇਟ ਹਾਲ ਸ਼ੁਰੂ ਕੀਤਾ ਸੀਗਾ, ਜਿੱਦਣ ਤੁਸੀਂ ਇਹਦੀ ਨੀਂਹ ਪੱਟੀ ਸੀ, ਔਰ ਅੱਜ ਤੱਕ ਦੇ ਸਫ਼ਰ ਦੇ ਵਿੱਚ ਕੋਈ ਹੋਰ ਐਸੀ ਘਟਨਾ ਜੋ ਤੁਹਾਡੇ ਦਿਲ ਨੂੰ ਛੂਹ ਗਈ ਹੋਵੇ ਤੇ ਤੁਸੀਂ ਆਪਣੇ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ? ਇੱਕ ਇਵੈਂਟ ਹੋਇਆ ਸੀਗਾ ਮੰਜੂ ਜੀ, ਜਿਹੜਾ ਆਟਿਸਟਿਕ ਬੱਚਿਆਂ ਲਈ ਸੀਗਾ, ਉਹਨਾਂ ਨੇ ਕਰਕੇ
ਤੇ ਉਹ ਸਾਰੇ ਬੱਚੇ ਜਦੋਂ ਆ ਕੇ ਉਹਨਾਂ ਨੇ ਉਹਨਾਂ ਲਈ ਅਸੀਂ ਪੈਸੇ ਰੇਜ਼ ਕੀਤੇ ਤੇ ਸਾਰਾ ਕੀਤਾ ਤੇ ਉਹਨਾਂ ਨੇ ਆ ਕੇ ਜਦੋਂ ਸਾਨੂੰ ਉਹਨਾਂ ਦੇ ਫੇਸ ਤੇ ਜਿਹੜੀਆਂ ਸਮਾਈਲ ਸੀਗੀਆਂ ਤੇ ਕੁਝ ਮੈਨੂੰ ਲੱਗਿਆ ਕਿ ਮੈਨੂੰ ਜੋ ਕੁਛ ਮੈਂ ਸੋਚਿਆ ਸੀ ਉਹ ਮੈਨੂੰ ਮਿਲ ਗਿਆ ਹੈਗਾ। ਸੇਮ ਇੱਕ ਸੈਰੀਬਰਲ ਪਾਲਸੀ ਵਾਲੇ ਵੀ ਸੀਗਾ, ਉਹਦੇ ਬਾਰੇ ਬੜਾ ਹੀ ਜਿਹੜੀ ਸੈਟਿਸਫੈਕਸ਼ਨ ਤੁਹਾਨੂੰ ਮਿਲਦੀ ਹੈ ਨਾ ਜਦੋਂ ਤੁਸੀਂ ਦੇਖਦੇ ਹੋ ਕਿ ਲੋਕੀ ਤੁਹਾਡੇ ਇੱਥੇ ਆਏ ਆ ਤਾਂ ਖੁਸ਼ ਹੋ ਰਹੇ ਹੈ ਤੇ ਸਾਰਾ ਇਹਦਾ ਭੰਗੜਾ ਪਾ ਰਹੇ ਹੈ, ਇਹ ਹੋ ਰਿਹਾ, ਯੂ ਨੋ, ਤੁਸੀਂ ਬੜਾ ਇੰਜੋਏ ਕਰਦੇ ਹੋ। ਉਸ ਚੀਜ਼ ਤੋਂ ਲੱਗਦਾ ਕਿ ਸੱਚੀ ਜਿਹੜੇ ਮੈਂ ਸੁਪਨੇ ਦੇਖੇ ਸੀ ਉਹ ਪੂਰੇ ਹੋ ਰਹੇ ਹੈ, ਤਾਂ ਉਹ ਚੀਜ਼ ਤਾਂ ਜਿਹੜੀ ਤੁਹਾਨੂੰ ਹੈਪੀਨੈਸ ਦਿੰਦੀ ਹੈ, ਖੁਸ਼ੀਆਂ ਦਿੰਦੀ ਹੈਗੀ, ਉਹਦਾ ਉਹਦਾ ਕੋਈ ਉਹ ਨਹੀਂ ਹੈਗਾ, ਜਵਾਬ ਨਹੀਂ ਹੈਗਾ, ਬੋਲ ਨਹੀਂ ਹੈਗਾ ਉਹਦਾ ਕੋਈ। ਜਦੋਂ ਤੁਸੀਂ ਕਹਿੰਦੇ ਕਿ ਸੱਚੇ ਦਿਲ ਨਾਲ ਅਗਰ ਤੁਸੀਂ ਕੁਛ ਕੰਮ ਕਰਦੇ ਹੋ ਤਾਂ ਰੱਬ ਤੁਹਾਨੂੰ ਬਹੁਤ ਬਰਕਤ ਪਾਉਂਦਾ ਹੈ, ਅਤੇ ਜੇ ਤੁਸੀਂ ਦੂਜਿਆਂ ਦੀਆਂ ਖੁਸ਼ੀਆਂ ਆਪਣੀਆਂ ਖੁਸ਼ੀਆਂ ਨੂੰ ਦੂਜਿਆਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਕਰਦੇ ਹੋ ਤਾਂ ਹੋਰ ਵੀ ਜ਼ਿਆਦਾ ਰੱਬ ਖੁਸ਼ ਹੋ ਜਾਂਦਾ ਹੈ। ਅਤੇ ਦੀਪਕਾ ਜੀ, ਤੁਹਾਡੇ ਇਸ ਦਾ ਨਾਂ ਤੁਸੀਂ ਅਮੈਰੀਕਨ ਸਟਾਈਲ ਦਾ ਰੱਖਿਆ ਹੈ, ਸ਼ੈਡ ਟੂ ਲਕਸਸ, ਇਹਦੇ ਪਿੱਛੇ ਵੀ ਕੋਈ ਰੀਜ਼ਨ ਸੀਗਾ? ਇਹ ਸੀਗਾ ਕਿਉਂਕਿ ਮੈਂ ਇਹ ਨਹੀਂ ਚਾਹੁੰਦੀ ਸੀਗੀ ਕਿ ਸਭ ਨੂੰ ਇਹ ਹੋਏ ਕਿ ਸਿਰਫ ਅਸੀਂ ਸਿਰਫ ਆਪਣੇ ਲੋਕਾਂ ਦਾ ਹੀ ਧਿਆਨ ਰੱਖਦੇ ਹਾਂ, ਸਭ ਦਾ ਨਹੀਂ ਰੱਖਦੇ, ਤਾਂ ਇਸ ਕਰਕੇ ਮੈਂ ਮੇਰਾ ਇਹ ਏਮ ਸੀਗਾ ਕਿ ਇਹੋ ਜਿਹਾ ਨਾਮ ਰੱਖਿਆ ਜਾਏ ਜਿਹੜਾ ਸਭ ਨੂੰ ਅਪੀਲ ਕਰੇ, ਯੂ ਨੋ। ਸ਼ੈਟੋ ਦਾ ਮਤਲਬ ਹੈਗਾ ਪੈਲਸ, ਯੂ ਨੋ, ਤੇ ਲਕਸ ਦਾ ਮਤਲਬ ਹੋ ਗਿਆ ਲਗਜ਼ਰੀ, ਤਾਂ ਇਹ ਹੈਗਾ ਕਿ ਪੈਲਸ ਆਫ ਲਗਜ਼ਰੀ ਹੈਗਾ ਜਿਹੜੀਆਂ ਸਭ ਦੇ ਲਈ, ਸਭ ਲਈ ਓਪਨ ਹੈ, ਸਾਰੇ ਸਾਰੀ ਕਮਿਊਨਿਟੀ ਵਾਸਤੇ ਹੈਗਾ, ਯੂ ਨੋ, ਸਾਰੇ ਅਮੈਰੀਕਨ, ਇੰਡੀਅਨ, ਪਾਕਿਸਤਾਨੀ ਸਭ ਵਾਸਤੇ, ਸਾਡੇ ਲਈ ਸਭ ਬਰਾਬਰ ਹੈਗੇ ਹੈ, ਤੇ ਜੋ ਕੋਈ ਖੁਸ਼ੀਆਂ ਤਾਂ ਸਭ ਦੀਆਂ ਸੇਮ ਹੈਗੀਆਂ ਨਾ, ਚਾਹੇ ਤੁਸੀਂ ਪੰਜਾਬੀ ਵਿਆਹ ਕਰੋ, ਚਾਹੇ ਗੁਜਰਾਤੀ ਕਰੋ, ਚਾਹੇ ਅਮੈਰੀਕਨ ਕਰੋ, ਖੁਸ਼ੀ ਉਹ ਤਾਂ ਸੇਮ ਚੀਜ਼ ਹੈਗੀ ਹੈ। ਇਸ ਕਰਕੇ ਮੈਂ ਥੋੜਾ ਜਿਹਾ ਨਾਮ ਇਹੋ ਜਿਹਾ ਪਿੱਕ ਕੀਤਾ ਜਿਹੜਾ ਕਿ ਸਭ ਨੂੰ ਅਪੀਲ ਕਰੇ ਜੀ। ਹਾਂਜੀ, ਇਸ ਤੋਂ ਇਲਾਵਾ ਵੀ ਤੁਹਾਡੇ ਕੋਈ ਹੋਰ ਸ਼ੌਕ ਹੈਗੇ ਨੇ ਦੀਪਕਾ ਜੀ? ਹਾਂ, ਰੀਡਿੰਗ ਦਾ ਹੈਗਾ ਜੀ, ਨਾਲੇ ਮਿਊਜ਼ਿਕ ਦਾ ਹੈ, ਜਿਸ ਤਰ੍ਹਾਂ ਹੁੰਦੇ ਹੈ, ਜਸ ਪੰਜਾਬੀ ਦੇਖਣ ਦਾ ਬੜਾ ਸ਼ੌਕ ਹੈ, ਕਨੈਕਟ ਕਰਦਾ ਸਭ ਨੂੰ, ਯੂ ਨੋ, ਸਾਡੇ ਪੰਜਾਬੀਆਂ ਨੂੰ, ਜੋ ਕੁਛ ਮਰਜ਼ੀ ਜਿੱਥੇ ਮਰਜ਼ੀ ਅਸੀਂ ਪੰਜਾਬੀ ਚਲੇ ਜਾਈਏ, ਪਰ ਹੈ ਤਾਂ ਪੰਜਾਬ ਸਾਡੇ ਖੂਨ ਚ, ਯੂ ਨੋ। ਸੋ ਇਹ ਸਾਰੀ ਟੀਵੀ ਦੇਖਣਾ, ਇਹ ਸਾਰੀਆਂ ਚੀਜ਼ਾਂ, ਐਂਡ ਸੱਚੀ ਗੱਲ ਦੱਸਾਂ ਤਾਂ ਬੱਚੇ ਆਪਣੇ, ਮੇਰੇ ਦੋਨੋਂ ਬੱਚੇ ਬਾਹਰ ਹੈਗੇ ਹੈ, ਯੂ ਨੋ, ਇੱਕ ਸ਼ਿਕਾਗੋ ਚ ਹੈ ਤੇ ਇੱਕ ਨਿਊਯਾਰਕ ਚ ਹੈ, ਤੇ ਇਸ ਕਰਕੇ ਆਪਣੇ ਸ਼ੌਕ ਪਾਲਣੇ ਬੜੇ ਜ਼ਰੂਰੀ ਹੈ, ਐਂਡ ਸਾਡੇ ਅੱਛੇ ਫਰੈਂਡਸ ਵਗੈਰਾ ਸਭ ਹੈਗੇ ਹੈ, ਤਾਂ ਅਸੀਂ ਮਿਲਦੇ ਹਾਂ, ਕਰਦੇ ਹਾਂ, ਸੋ ਇੰਜੋਏ ਕਰਦੇ ਹਾਂ, ਬੜੀ ਅੱਛੀ ਲਾਈਫ ਹੈ, ਕੋਈ ਵਾਹਿਗੁਰੂ ਨੇ ਬਹੁਤ ਕੁਛ ਦਿੱਤਾ ਹੈਗਾ, ਤੇ ਅਸੀਂ ਬੜੇ ਸ਼ੁਕਰਗੁਜ਼ਾਰ ਹੈਗੇ ਹਾਂ ਉਹਦੇ ਜੀ। ਜੀ ਦੀਪਕਾ ਜੀ, ਕਦੇ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਜਿਵੇਂ ਹੁਣ ਕੋਰੋਨਾ ਦੇ ਵਿੱਚ ਕਾਫੀ ਈਵੈਂਟ ਘੱਟ ਗਏ ਨੇ, ਕਮਰਸ਼ੀਅਲ ਜਿਹੜੇ ਕੋਰਪੋਰੇਟ ਮੀਟਿੰਗਸ ਬੰਦ ਹੋ ਗਈਆਂ, ਸਾਰੇ ਰਿਮੋਟ ਤੇ ਕੰਮ ਕਰਦੇ ਪਏ ਨੇ, ਨਹੀਂ ਤਾਂ ਪਹਿਲਾਂ ਫੀਨਿਕਸ ਵਿੱਚ ਕਾਫੀ ਕੋਰਪੋਰੇਟ ਮੀਟਿੰਗਸ ਹੁੰਦੀਆਂ ਸੀਗੀਆਂ, ਵੈਡਿੰਗ ਵੀ ਬਹੁਤ ਘੱਟ ਗਈਆਂ, ਮਤਲਬ ਲੋਕੀ ਡਰਦੇ ਨੇ, ਥੋੜਾ ਘੱਟ ਉਹਦੇ ਵਿੱਚ ਚੱਲਦੇ ਹੈਗੇ ਨੇ, ਕੁਛ ਹੋਰ ਸੋਚਿਆ ਕਿ ਤੁਸੀਂ ਇਹਨੂੰ ਕੁਛ ਅਮੈਂਡ ਕਰਨਾ ਚਾਹੋਗੇ, ਕਿ ਇਹਦੇ ਵਿੱਚ ਕੋਈ ਇਹਨੂੰ ਕਿਸੇ ਨੂੰ ਇਹਦੇ ਇੱਕ ਪਾਰਟ ਨੂੰ ਕਿਸੇ ਕਮਰਸ਼ੀਅਲ ਦੇ ਵਿੱਚ ਕਨਵਰਟ ਕੀਤਾ ਜਾਏ, ਇਸ ਤਰ੍ਹਾਂ ਦਾ ਕੋਈ ਤੁਹਾਡਾ ਵਿਚਾਰ ਹੈਗਾ? ਹਾਂਜੀ, ਮੈਂ ਹੁਣ ਇੱਕ ਸ਼ੁਰੂ ਕਰ ਰਹੀ ਹਾਂ, ਸਪੀਕ ਈਜ਼ੀ ਕਹਿੰਦੇ ਆ ਉਹਨੂੰ, ਯੂ ਨੋ, ਇਟਸ ਲਾਈਕ ਅ ਹਿਡਨ ਬਾਰ ਹੁੰਦੀ ਹੈਗੀ ਹੈ, ਸੋ ਅਸੀਂ ਇੱਕ ਕਮਰੇ ਨੂੰ ਉਹ ਕਨਵਰਟ ਕਰ ਰਹੇ ਹੈਗੇ ਹਾਂ, ਉਹਦੀ ਕੰਸਟਰਕਸ਼ਨ ਚੱਲ ਰਹੀ ਹੈ ਹਲੇ, ਯੂ ਨੋ, ਉਹਨੂੰ ਅਸੀਂ ਕਨਵਰਟ ਕਰਾਂਗੇ, ਉਹ 4 ਵਜੇ ਤੋਂ ਲੈ ਕੇ 12 ਵਜੇ ਤੱਕ ਖੁੱਲਿਆ ਹੋਏਗਾ, ਰੋਜ਼ ਐਵਰੀ ਡੇ ਲਈ, ਯੂ ਨੋ, ਤੁਸੀਂ ਆਓ, ਐਪਟਾਈਜ਼ਰਸ ਹੈ, ਹੈਪੀ ਆਵਰ ਹੈਗਾ, ਡਰਿੰਕਸ ਹੋਣਗੀਆਂ, ਸਭ ਕੁਛ, ਤਾਂ ਤੁਸੀਂ ਉਹ ਇੰਜੋਏ, ਬਿਕੋਜ਼ ਡੇ ਵੀਕਐਂਡਸ 'ਤੇ ਤਾਂ ਇਵੈਂਟਸ ਹੁੰਦੇ ਹੀ ਹੁੰਦੇ ਹੈ, ਕਈ ਵਾਰੀ ਵੀਕਐਂਡਸ 'ਤੇ ਕੁਛ ਨਹੀਂ ਹੁੰਦਾ, ਤਾਂ ਅਸੀਂ ਇਹ ਸੋਚ ਕੇ ਉਹ ਖੋਲ੍ਹਣਾ ਸ਼ੁਰੂ, ਉਹਦੀ ਕੰਸਟਰਕਸ਼ਨ ਚੱਲ ਰਹੀ ਹੈ ਕਿ ਹਾਲੇ ਜੀ। ਤੇ ਉਹਨੂੰ ਤੁਸੀਂ ਕਿਸੇ ਬੈਂਕਵੇਟ ਹਾਲ ਨੂੰ ਕਨਵਰਟ ਕਰੋਗੇ ਕਿ ਉਹਨੂੰ ਤੁਸੀਂ? ਸਾਡਾ ਇੱਕ ਟੀਸੀ ਹਾਲ ਸੀਗਾ, ਛੋਟਾ ਹਾਲ ਹੈ, ਯੂ ਨੋ, ਤਕਰੀਬਨ ਉਹਦੇ 'ਚ 100 ਬੰਦਾ ਆ ਜਾਂਦਾ ਹੈ, ਉਹਨੂੰ ਅਸੀਂ ਕਨਵਰਟ ਕਰ ਰਹੇ ਹਾਂ, ਪਰ ਉਹ ਬਿਲਕੁਲ ਸਾਈਡ ਤੋਂ ਉਹਦੀ ਐਂਟਰੈਂਸ ਹੋਏਗੀ, ਤਾਂ ਜੋ ਵੀ ਫੰਕਸ਼ਨ ਹੋ ਰਿਹਾ ਉਹਨਾਂ 'ਚ ਕੋਈ ਪ੍ਰੋਬਲਮ ਨਹੀਂ ਹੋਏਗੀ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੋਈ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਦੋਂ ਤੱਕ ਸ਼ੁਰੂ ਹੋ ਜਾਏਗਾ, ਕਿਉਂਕਿ ਹੁਣ ਆਮ ਰੈਸਟੋਰੈਂਟ ਖੁੱਲ੍ਹਣੇ ਸ਼ੁਰੂ ਹੋ ਗਏ ਨੇ ਨਾ? ਹਾਂਜੀ ਹਾਂ, ਇੱਥੇ ਸਭ ਕੁਛ ਖੁੱਲ੍ਹ ਰਿਹਾ ਹੈਗਾ, ਤੇ ਸਾਡੇ ਕੀ ਕਹਿੰਦੇ ਹੈ
आई थिंक अगस्त तक होपफुली खुल जाना चाहिए ये, यू नो सो। अच्छा जी, ਤੇ ਉਹਦੇ ਵਿੱਚ ਡਿਨਰ ਦਾ ਵੀ ਪ੍ਰੋਗਰਾਮ ਹੈ ਕਿ ਸਿਰਫ ਐਪਟਾਈਜ਼ਰ ਤੇ ਡਰਿੰਕਸ ਦਾ ਹੀ ਹੈਗਾ? ਨਹੀਂ, ਐਪਟਾਈਜ਼ਰ ਡਰਿੰਕਸ ਤੇ ਥੋੜਾ ਬਹੁਤ ਜਿਵੇਂ ਪੀਜ਼ਾ ਵਗੈਰਾ ਹੋ ਗਿਆ ਜਾਂ ਕੁਝ ਹੈ, ਪਰ ਡਿਨਰ ਨਹੀਂ। ਹਾਂਜੀ ਜੀ, ਤੇ ਉਸ ਜੀ ਉਹ ਸਾਰੀ ਪਬਲਿਕ ਲਈ ਓਪਨ ਹੈ, ਕੋਈ ਵੀ ਆ ਸਕਦਾ ਹੈ ਕੋਈ? ਉਹ ਬਿਲਕੁਲ ਬਿਲਕੁਲ ਜਿਵੇਂ ਬਾਰ ਵਾਕਨ ਹੈਗਾ, ਸੋ ਜੋ ਮਰਜ਼ੀ ਆ ਸਕਦਾ ਹੈਗਾ। ਦੇਖੋ ਜੀ, ਇੱਕ ਗੱਲ ਹੋਰ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਜੇ ਕੋਈ ਬਾਹਰੋਂ ਆ ਕੇ ਬੰਦਾ ਇੱਥੇ ਵਿਆਹ ਕਰਦਾ ਹੈਗਾ, ਤੇ ਉਹਦੇ ਲਈ ਤੁਸੀਂ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਕਿ ਤੁਸੀਂ ਉਹਨੂੰ, ਤੁਹਾਡੇ ਕੋਲ ਕੰਟੈਕਟ ਹੈਗੇ ਨੇ, ਉਹਨਾਂ ਨੂੰ ਦੱਸ ਦਿੰਦੇ ਹੋ ਜਿਵੇਂ ਘੋੜੀ ਚਾਹੀਦੀ ਹੈਗੀ ਹੈ? ਮੈਂ ਦੇਖਿਆ ਕਿ ਬਹੁਤ ਵੱਡਾ ਹਾਲ ਹੈ ਤੁਹਾਡਾ ਔਰ ਬਾਹਰ ਬੜੀ ਜਗ੍ਹਾ ਹੈ ਘੋੜੀ ਆਰਾਮ ਨਾਲ, ਤੇ ਇੱਦਾਂ ਦਾ ਵੀ ਕੋਈ ਤੁਸੀਂ ਅਰੇਂਜਮੈਂਟ ਤੁਹਾਡਾ ਆਪਣਾ ਹੈ ਕਿ ਤੁਸੀਂ ਕਰਕੇ ਦਿੰਦੇ ਹੋ? ਨਹੀਂ, ਸਾਡੇ ਕੋਲ ਪੂਰੀ ਲਿਸਟ ਹੈਗੀ ਹੈ ਸਾਰਿਆਂ ਦੀ ਹੈਗੀ ਹੈ, ਤਾਂ ਤੁਸੀਂ ਆਉਂਦੇ ਹੋ, ਤੁਹਾਨੂੰ ਜੋ ਕੁਛ ਵੀ ਚਾਹੀਦਾ ਹੈ, ਮਹਿੰਦੀ ਵਾਲੀ ਚਾਹੀਦੀ ਹੈ, ਘੋੜੀ ਚਾਹੀਦੀ ਹੈਗੀ ਹੈ, ਤੁਹਾਨੂੰ ਮੰਡਪ ਚਾਹੀਦੇ, ਜੋ ਕੁਛ ਵੀ ਤੁਹਾਨੂੰ ਚਾਹੀਦਾ ਹੈਗਾ, ਅਸੀਂ ਤੁਹਾਨੂੰ ਸਾਰੀ ਉਹ ਲਿਸਟ ਦੇ ਦਿੰਦੇ ਹਾਂ, ਡੀਜੇ ਦੀ, ਫੋਟੋਗ੍ਰਾਫਰ ਦੀ, ਪਰ ਉਹ ਤੁਹਾਡੀ ਮਰਜ਼ੀ ਹੈ, ਤੁਸੀਂ ਜਿਹਦੇ ਨਾਲ ਵੀ ਜਾਣਾ ਚਾਹੋ, ਯੂ ਨੋ ਸਾਡੇ ਵੱਲੋਂ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਹੈ, ਯੂ ਨੋ ਸਾਰੇ ਲੋਕ ਆਪਣੇ ਬਜਟ 'ਤੇ ਕੰਮ ਕਰਦੇ ਹੈ, ਸੋ ਵਟ ਜੋ ਵੀ ਉਹ ਚਾਹੁੰਦੇ ਹੈਗੇ ਆ ਉਹ ਕਰ ਸਕਦੇ, ਯੂ ਨੋ ਪਰ ਅਸੀਂ ਉਹ ਪੂਰੀ ਲਿਸਟ ਤੁਹਾਨੂੰ ਦੇ ਦਿੰਦੇ। ਤੁਸੀਂ ਲਿਸਟ ਦੇ ਦਿੰਦੇ ਹੋ ਉਹਨਾਂ ਨੂੰ? ਹਾਂਜੀ। ਕਦੇ ਜੀ, ਤੇ ਕਦੇ ਕੋਈ ਇਹੋ ਜਿਹਾ ਕੋਈ, ਕਦੇ ਕੋਈ ਕਿਸੇ ਵਿਆਹ ਸ਼ਾਦੀ ਦੇ ਵਿੱਚ ਕਦੇ ਕੋਈ ਜਿਵੇਂ ਕਿ ਕੋਈ ਪ੍ਰੋਬਲਮ ਆ ਜਾਂਦੀ ਹੈ, ਤੁਹਾਡੇ ਕੋਲ ਸਿਕਿਉਰਿਟੀ ਪੂਰੀ ਹੈਗੀ ਤੁਹਾਡੇ? ਹਾਂਜੀ, ਸਾਡੇ ਕੋਲ ਬਹੁਤ ਅੱਛੀ ਸਿਕਿਉਰਿਟੀ ਹੈ, ਸਾਡਾ ਜਿਹੜਾ ਮੇਨ ਪਰਸਨ ਸਿਕਿਉਰਿਟੀ ਦਾ ਹੈਗਾ ਉਹ ਅੰਬੈਸਡਰ ਦੀ ਸਿਕਿਉਰਿਟੀ ਕਰਦਾ ਸੀਗਾ ਅਫਗਾਨਿਸਤਾਨ ਵਿੱਚ, ਤਾਂ ਅਸੀਂ ਦੋ ਸਟੈਪ ਅੱਗੇ ਹੀ ਗਏ ਹੈਗੇ ਹਾਂ, ਕਿਉਂਕਿ ਸਭ ਦੀ ਸਿਕਿਉਰਿਟੀ ਬਹੁਤ ਇੰਪੋਰਟੈਂਟ ਹੈ, ਤੇ ਬਹੁਤ ਅੱਛੀ ਸਿਕਿਉਰਿਟੀ ਇੱਥੇ ਹੈਗੀ, ਸਾਡੇ ਘੱਟ ਤੋਂ ਘੱਟ 2 ਤੋਂ 3 ਬੰਦੇ ਹੁੰਦੇ ਹੈਗੇ ਆ ਸਿਕਿਉਰਿਟੀ ਵਾਸਤੇ। ਸਿਕਿਉਰਿਟੀ ਵਾਸਤੇ, ਤੇ ਇਹਦੇ ਵਿੱਚ ਤੁਸੀਂ ਹੁਣੇ ਕਿਹਾ ਕਿ ਤੁਸੀਂ ਹੁਣੇ ਕਿਹਾ ਬਾਰ ਹੋਰ ਖੋਲਣ ਲੱਗੇ ਹੋ, ਇਸ ਤੋਂ ਇਲਾਵਾ ਕੁਛ ਹੋਰ ਵੀ ਤੁਹਾਡਾ ਕੋਈ ਪ੍ਰੋਗਰਾਮ ਹੈਗਾ ਕਿ ਕਿਸੇ ਨੂੰ ਅੱਗੇ ਕਨਵਰਟ ਕਰਨ ਵਾਸਤੇ? ਜਿਹੜਾ ਸੈਕਿੰਡ ਸਟੈਪ ਹੈਗਾ ਉਹ ਹੈਗਾ ਬ੍ਰਾਂਚਸ ਲਈ, ਯੂ ਨੋ ਸੋ ਅਸੀਂ ਚਾਹੁੰਦੇ ਸੀਗੇ ਕਿ ਜਿਵੇਂ ਗਾਰਡਨ ਸਾਡੇ ਬਹੁਤ ਵੱਡੇ ਹੈਗੇ ਹੈ, ਲੋਕਾਂ ਨੂੰ ਬੜਾ ਚੰਗਾ ਲੱਗਦਾ ਕਿ ਬਾਹਰ ਬੈਠ ਕੇ ਤੁਸੀਂ ਖਾਓ, ਯੂ ਨੋ ਖਾਣਾ, ਅਸੀਂ ਸੋਚ ਰਹੇ ਸੀਗੇ ਕਿ ਸੰਡੇ ਬ੍ਰਾਂਚਸ ਸ਼ੁਰੂ ਕਰੀਏ ਗਾਰਡਨ ਦੇ ਵਿੱਚ, ਯੂ ਨੋ ਸੋ ਹਾਲੇ ਉਹ ਸੈਕਿੰਡ ਸਟੈਪ ਹੈਗਾ, ਹਾਲੇ ਉਹਦੇ ਉੱਤੇ ਕੋਈ ਕੰਮ ਨਹੀਂ ਕਰ ਰਹੇ, ਬਟ ਇਹ ਥੋਟ ਹੈਗਾ ਕਿ ਉਹ ਸ਼ਾਇਦ ਉਹ ਕਰਾਂ ਮੈਂ, ਯੂ ਨੋ ਤੁਸੀਂ ਕਦੇ ਆਪਣੇ ਜੀਵਨ ਦੇ ਵਿੱਚ ਅੱਜ ਤੱਕ ਬਚਪਨ ਤੋਂ ਲੈ ਕੇ ਅੱਜ ਤੱਕ ਕਦੇ ਤੁਸੀਂ ਸੋਚਿਆ ਸੀਗਾ ਕਿ ਵੀ ਮੈਂ ਏਦਾਂ ਵੱਡਾ ਬੈਂਕਵੇਟ ਹਾਲ ਬਣਾ ਕੇ ਤੇ ਉਹਨੂੰ ਰਨ ਕਰਾਂਗੀ? ਨਹੀਂ, ਕਦੀ ਵੀ ਨਹੀਂ, ਮਨ ਵਿੱਚ ਸੀਗਾ, ਸੋਚਿਆ ਤਾਂ ਸੀਗਾ, ਯੂ ਨੋ ਮੈਂ ਹਾਂਜੀ ਬੋਲਾਂਗੀ, ਪਰ ਲੱਗਦਾ ਨਹੀਂ ਸੀ ਕਿ ਮੈਂ ਕਰ ਸਕਾਂਗੀ ਜਾਂ ਕਦੀ ਹੋਏਗਾ, ਪਰ ਸੱਚੀ ਦੱਸਾਂ, ਯੂ ਨੋ ਸਾਰੇ ਸਭ ਦੀ ਹੈਲਪ ਨਾਲ ਐਂਡ ਸਾਰੇ ਗੁਰੂ ਮਹਾਰਾਜ ਦੀ ਹੈਲਪ ਨਾਲ ਸਭ ਕੁਛ ਠੀਕ ਠਾਕ ਇਸ ਤੱਕ ਪਹੁੰਚਿਆ ਹੈਗਾ, ਸੋ ਬਟ ਨਹੀਂ, ਹਿੰਮਤ ਵੀ ਪਹਿਲਾਂ ਨਹੀਂ ਸੀ, ਪਰ ਬਾਅਦ ਵਿੱਚ ਜਦੋਂ ਪੈ ਗਏ ਵਿੱਚ ਤਾਂ ਹੋ ਹੀ ਗਿਆ, ਸਭ ਦੀ ਸ਼ੁਕਰ ਹੈ। ਕਹਿੰਦੇ ਨਾ ਹਿੰਮਤ ਨਾ ਹਾਰੋ, ਵਾਹਿਗੁਰੂ ਨਾ ਵਿਸਾਰੋ, ਆਪਣੇ ਆਪ ਪੂਰੇ ਤੁਹਾਡੇ ਕੰਮ ਪੂਰੇ ਕਰਦਾ ਜਾਂਦਾ ਹੈਗਾ। ਅਸੀਂ ਵਾਹਿਗੁਰੂ ਨੇ ਕੀਤਾ ਹੈਗਾ, ਮੈਂ ਬੜੀ ਬੜੀ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਇਸ ਲੈਵਲ ਤੱਕ ਪਹੁੰਚ ਸਕੇ ਕਿ ਅਸੀਂ ਥੋੜੀ ਜਿਹੀ ਲੋਕਾਂ ਨੂੰ ਖੁਸ਼ੀਆਂ ਦੇ ਸਕੀਏ। ਯੂ ਨੋ ਜੀ ਜੀ, ਤੇ ਤੁਸੀਂ ਕੁਛ ਸਾਡੇ ਦਰਸ਼ਕਾਂ ਨੂੰ ਕੁਛ ਕਹਿਣਾ ਚਾਹੁੰਦੇ ਹੋ, ਕੁਛ ਟਿਪਸ ਦੇਣਾ ਚਾਹੁੰਦੇ ਹੋ, ਕਿੱਦਾਂ ਤੁਹਾਨੂੰ ਕੰਟੈਕਟ ਕਰਨ ਤੇ ਕਿਸ ਤਰ੍ਹਾਂ ਤੁਸੀਂ ਉਹਨਾਂ ਦੀ ਮਦਦ ਕਰਦੇ ਹੋ? ਜਾਂਦੇ ਜਾਂਦੇ ਅਸੀਂ ਸਮੇਂ ਦੇ ਪਾਬੰਦ ਹਾਂ, ਤੇ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਪਤਾ ਹੀ ਨਹੀਂ ਚੱਲਿਆ ਕਿ ਟਾਈਮ ਕਿਵੇਂ ਨਿਕਲ ਗਿਆ। ਜੀ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਸਾਡੀ ਵੈਬਸਾਈਟ ਹੈਗੀ ਹੈ, ਉਹਦੇ ਉੱਤੇ shadowlux.com ਤੇ ਜਾ ਕੇ, ਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@shadowluxaz.com। ਸਾਡਾ ਫੋਨ ਨੰਬਰ ਹੈ 6232668747, ਤੁਸੀਂ ਉਹਦੇ ਉੱਤੇ ਸਾਨੂੰ ਕਾਲ ਕਰ ਸਕਦੇ ਹੋ, ਤੁਸੀਂ ਸਾਡੇ ਵੈਬਸਾਈਟ ਤੇ ਜਾ ਕੇ ਟੂਰ ਬੁੱਕ ਕਰ ਸਕਦੇ ਹੋ, ਸੋ ਇਹ ਸਾਰੇ ਤਰੀਕੇ ਹੈਗੇ ਜਿਹਦੇ ਨਾਲ ਤੁਸੀਂ ਸਾਨੂੰ ਰੀਚ ਕਰ ਸਕਦੇ ਹੋ। ਹਾਂਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦੀਪਾ ਜੀ ਤੁਹਾਡੇ ਟਾਈਮ ਦਾ, ਤੁਸੀਂ ਸਾਨੂੰ ਟਾਈਮ ਦਿੱਤਾ ਆਪਣਾ, ਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਸਿਰਫ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਕਿ ਬਈ
ਹੱਲੇ ਵੀ ਕਰੋਨਾ ਦੇ ਨਾਲ ਕਾਫੀ ਬੰਦੇ ਜੂਝ ਰਹੇ ਨੇ। ਅੱਜ ਸਵੇਰੇ ਸਾਡੇ ਇੱਕ ਦੋਸਤ ਦਾ ਫੋਨ ਆਇਆ ਜਿਹੜੇ ਕਿ ਉਹ ਕਰੋਨਾ ਦੇ ਨਾਲ ਜੂਝ ਰਹੇ ਨੇ। ਉਹਨਾਂ ਲਈ ਅਰਦਾਸ ਕਰਨਾ ਕਿ ਉਹ ਠੀਕ ਹੋ ਜਾਣ, ਕਿਉਂਕਿ ਉਹਨਾਂ ਦੀ ਹਾਲਤ ਬਹੁਤ ਖਰਾਬ ਹੈਗੀ ਹੈ। ਅਤੇ ਅਸੀਂ ਇਹ ਵੀ ਕਹਿੰਦੇ ਹਾਂ ਕਿ ਬਈ ਨਾ, ਰੱਬ ਅੱਗੇ ਵੀ ਅਰਦਾਸ ਕਰਦੇ ਹਾਂ ਕਿ ਨਾ ਅਸੀਂ ਮੰਗਦੇ ਧੁੱਪ ਵੇ ਰੱਬਾ, ਨਾ ਅਸੀਂ ਮੰਗਦੇ ਛਾਵਾਂ ਨੂੰ, ਇੱਕ ਬਾਪੂ ਨੂੰ ਕੁਛ ਨਾ ਹੋਵੇ ਅਤੇ ਸੁਖੀ ਰੱਖੀ ਸਾਰਿਆਂ ਦੀਆਂ ਮਾਵਾਂ ਨੂੰ, ਸੁਖੀ ਰੱਖੀ ਸਾਰਿਆਂ ਦੀਆਂ ਮਾਵਾਂ ਨੂੰ। ਇਸ ਦੇ ਨਾਲ ਹੀ ਤੁਹਾਡੇ ਤੋਂ ਵਿਦਾ ਲੈਂਦੇ ਹਾਂ, ਕੱਲ੍ਹ ਫਿਰ ਮਿਲਾਂਗੇ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ। ਮੈਂ ਮੰਜੂ ਵਾਲਿਆ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਰੱਖਾ, ਵਾਹਿਗੁਰੂ ਰੱਖਾ।